है अमृत ज्ञान है माणक भगत बैराग श्री गुरु ग्रंथ साहिब उदत बंदों कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार तिन संतन को बंदना सिर चरणन पर गुरु नानक पग पंकज बंदन पद पंकज बंदन सिमरो अंगद दोख निकंदन अमरदास गुर हृदय त्यावो श्री गुरु रामदास गुण गाओ श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहु तेग बहादुर परम केर पाला परम केर पाला श्री गुरु गोबिंद सिंह विशाला तरों तरा पर पुन पुन शेषा पुन पुन शेषा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदत बंदों कर अनुराग एकंकारा सतगुरु तेह प्रसाद सच होए वाहिगुरु जी की फतेह बिना विनाशन सोए तन तन सच्चे पातशाह गरीब नवाज अंतरजामी दीन दुनिया दे मालक चबर शत्र तखत दे मालक समरथ गुरु परतख गुरु समरथ गुरु सच्चे पातशाह जी महाराज दीन दयाल कृपाल अंतरजामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह सदा ही सहाई होने वाले दातार पातशाह समूह सुखां दे मालक सतगुरु चबर शतर तखत दे मालक सच्चे पातशाह वड्डी वड्याई दे मालक सच्चे पातशाह मेहरवान बख्शिंद सच्चे पातशाह तन तन सतगुरु अंतरजामी तन तन श्री गुरु ग्रंथ साहिब जी महाराज गुरु ग्रंथ साहिब जी महाराज बड़े ही प्रेम दे नाल सब संगत उचारण करो जी तन तन श्री गुरु ग्रंथ साहिब जी महाराज तन तन श्री गुरु ग्रंथ साहिब जी तन तन श्री गुरु ग्रंथ साहिब जी महाराज तन तन श्री गुरु ग्रंथ साहिब जी महाराज हजूर सच्चे पातशाह जी दी पवित्र हाजूरी दे अंदर जुड़ बैठी
ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ, ਮਿਹਰ ਹੋਈ ਹੈ। ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ, ਸਾਰੀ ਸੰਗਤ ਦਾਸ ਦੀ ਅਤੇ ਆਪਣੀ ਹਾਜ਼ਰੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰ ਸੰਭਾਲੈ, ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗੱਲ ਲਾਵੈ। ਗੁਰਬਾਣੀ ਜੀ ਦਾ ਕੀਰਤਨ ਭਾਈ ਸਾਹਿਬ ਇਹ ਵੀ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸਾਰ ਸੰਭਾਲੈ, ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗੱਲ ਲਾਵੈ। ਪਿਆਰ ਕਰਨ ਵਾਲਿਆਂ ਦੀ ਪਰਮੇਸ਼ਰ ਜੀ ਸਾਰ ਵੀ ਲੈਂਦੇ ਜੀ। ਹਰ ਰੋਜ਼ ਉਚੇਚੀ ਪਾਲਣਾ ਉਹਨਾਂ ਦੀ ਕਰਦੇ ਜੀ। ਪਾਲਣਾ ਤੇ ਹੋਰ ਬੰਦਿਆਂ ਦੀ ਵੀ ਹੋ ਰਹੀ ਹੈ ਜੀ, ਪਰ ਪਿਆਰ ਵਾਲਿਆਂ ਦੀ ਉਚੇਚੀ ਪਾਲਣਾ ਦੀ ਵਿਸ਼ੇਸ਼ ਕਿਰਪਾ ਹੋ ਜਾਂਦੀ ਜੀ। ਸਾਰ ਸੰਭਾਲੈ, ਨਿਤ ਪ੍ਰਤ ਪਾਲੈ, ਪ੍ਰੇਮ ਸਹਿਤ ਗਲ ਲਾਵੈ। ਪ੍ਰੇਮ ਦੇ ਨਾਲ ਵਾਹਿਗੁਰੂ ਜੀ ਉਹਨਾਂ ਨੂੰ ਗਲੇ ਲਾ ਲੈਂਦੇ ਜੀ। ਜਿਵੇਂ ਆਮ ਬੰਦੇ ਨੂੰ ਕਿਸੇ ਨਾਲ ਪ੍ਰੇਮ ਹੋਵੇ ਤੇ ਉਹ ਫਿਰ ਉਹਨੂੰ ਗਲੇ ਲਾਉਂਦਾ ਨਾ ਜੀ, ਗਲੇ ਮਿਲਦਾ। ਮਹਾਰਾਜ ਕਹਿੰਦੇ ਰੱਬ ਨਾਲ ਪ੍ਰੇਮ ਕਰੋ, ਪਰਮੇਸ਼ਰ ਜੀ ਨਾਲ ਜਿਹੜਾ ਪਿਆਰ ਕਰਦਾ ਉਹਨੂੰ ਰੱਬ ਆਪਣੇ ਗਲੇ ਲਾਉਂਦਾ ਜੀ। ਪ੍ਰੇਮ ਸਹਿਤ ਗਲ ਲਾਵੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰਬਾਣੀ ਵਾਹਿਗੁਰੂ ਇਤਿਹਾਸ ਦੀ ਕਥਾ ਆਪ ਸਭ ਸੰਗਤ ਸੁਣ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੁਭਾਇਮਾਨ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਵਾਨੀ ਦੀ ਉਮਰ ਵਿੱਚ ਹਨ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਰਾਜੇ ਆਏ ਜੀ। ਰਾਜੇ ਕਹਿਲੂਰ ਦਾ ਰਾਜਾ ਤੇ ਹੰਡੂਰ ਦਾ ਰਾਜਾ ਆਇਆ ਜੀ। ਆਏ ਮਹਾਰਾਜ ਦੇ ਕੋਲੋਂ ਹਾਥੀ ਲੈਣ ਦੀ ਇੱਛਾ ਵਿੱਚ ਸਨ, ਪਰ ਬਹਾਨਾ ਦਰਸ਼ਨ ਦਾ ਲਾਇਆ ਜੀ। ਹੁਣ ਇੱਕ ਗੱਲ ਦਾ ਧਿਆਨ ਰੱਖਣਾ, ਬੰਦਾ ਆਉਂਦਾ ਗੁਰੂ ਘਰ ਵਿੱਚ ਹੈ, ਆਏ ਤੇ ਰਾਜੇ ਵੀ ਆਏ ਹੋਰ ਕਿਸੇ ਮਕਸਦ ਨੂੰ ਹੈ ਜੀ। ਉੱਤੋਂ ਕਹਿਣ ਵੀ ਅਸੀਂ ਗੁਰੂ ਜੀ ਦੇ ਦਰਸ਼ਨ ਕਰਨੇ ਨੇ ਜੀ। ਹਾਂਜੀ, ਮਕਸਦ ਕੋਈ ਹੋਰ ਹੈਗਾ ਜੀ ਪਿੱਛੇ ਜੀ, ਪਰ ਉੱਤੋਂ ਕਹਿੰਦੇ ਵੀ ਦਰਸ਼ਨ ਕਰਨੇ। ਸੱਚੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਆਏ ਤੇ ਨੇ, ਪਰ ਛਲ ਦੇ ਨਾਲ ਆਏ, ਕਪਟ ਦੇ ਨਾਲ ਆਏ। ਗੱਜ ਕੇ ਆਖੋ ਵਾਹਿਗੁਰੂ। ਪਰ ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਆਮ ਬੰਦਿਆਂ ਦੇ ਛਲ ਦੁਨੀਆਂ ਦੇ ਬੰਦਿਆਂ ਨਾਲ ਹੀ ਚੱਲਦੇ, ਗੁਰੂਆਂ ਲਾਗੇ ਨਹੀਂ ਚੱਲਦੇ ਜੀ। ਹਾਂਜੀ, ਉਹਨਾਂ ਦਾ ਛਲ ਉੱਥੇ ਰਿਹਾ। ਮਹਾਰਾਜ ਨੇ ਚੇਚਾ ਦੀਵਾਨ ਲਵਾਇਆ ਜੀ। ਫਿਰ ਬੜਾ ਸੋਹਣਾ ਦੀਵਾਨ ਗੁਰੂ ਹਰਿਰਾਇ ਸਾਹਿਬ ਜੀ ਨੇ ਲਵਾਇਆ, ਬੜੇ ਵੱਡੇ ਪੱਧਰ ਤੇ। ਦੋ ਸਿੱਖ ਸੋਨੇ ਦੇ ਚੌਰ ਸਭ ਲੈ ਕੇ ਖਲੋ ਗਏ ਜੀ, ਦੋ ਸੋਨੇ ਦੀਆਂ ਚੋਭਾਂ ਲੈ ਕੇ ਖਲੋ ਗਏ ਜੀ। ਚੰਦੋਆ ਸਾਹਿਬ ਲਾਇਆ, ਵੱਡੇ ਗੋਲ ਗੋਲ ਸਰਾਣੇ ਲਾਗੇ ਰੱਖੇ ਜੀ ਸੱਚੇ ਪਾਤਸ਼ਾਹ ਨੇ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਉਚੇਚੀ ਤਿਆਰੀ ਕਰੋ, ਰਾਜੇ ਆ ਰਹੇ ਭਾਈ। ਹਾਂਜੀ, ਰਾਜੇ ਆਪਣੀ ਸੈਨਾ ਦਾ ਮਾਣ ਲੈ ਕੇ ਗੁਰੂ ਕੋਲ ਆਏ। ਗੁਰਮੁਖੋ, ਹਰਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾ ਮੈਂ। ਰੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਵੇਦਾਂ ਵਿੱਚ ਵੀ ਇਹ ਗੱਲ ਲਿਖੀ ਹੈ। ਕੀ ਲਿਖਿਆ ਜੀ? ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਜੀ। ਹਰਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾ ਮੈਂ। ਮਹਾਰਾਜ ਸੱਚੇ ਪਾਤਸ਼ਾਹ ਕੋਲ ਰਾਜੇ ਆ ਕੇ ਬਹਿ ਗਏ, ਗੱਲਬਾਤ ਚੱਲੀ। ਅੰਦਰੋਂ ਕਪਟ ਸੀਗਾ, ਮਨ ਵਿੱਚ ਇਹ ਵੀ ਫੁਰਨਾ ਸੀ ਵੀ ਜੇ ਮਹਾਰਾਜ ਉਵੇਂ ਨਹੀਂ ਚਿੱਟੇ ਰੰਗ ਦਾ ਹਾਥੀ ਦੇਣਗੇ ਤੇ ਗੁਰੂ ਸਾਹਿਬ ਨੂੰ ਸੈਨਾ ਵਿਖਾ ਕੇ ਡਰਾ ਕੇ ਹਾਥੀ ਲੈ ਲਾਂਗੇ ਜੀ। ਹਾਂਜੀ, ਸੱਚੇ ਪਾਤਸ਼ਾਹ ਦੇ ਕੋਲ ਜਦੋਂ ਬੈਠੇ ਮਹਾਰਾਜ, ਸੱਚੇ ਪਾਤਸ਼ਾਹ ਕਹਿੰਦੇ ਭਾਈ ਪਹਿਲਵਾਨਾਂ ਨੂੰ ਸੱਦੋ। ਕਹਿਣ ਲੱਗੇ ਘੋਲ ਕਲਾਉਣਾ, ਰਾਜਿਆਂ ਨੂੰ ਕਿਹਾ ਬੈਠੋ ਘੋਲ ਵੇਖ ਕੇ ਜਾਇਓ ਜੀ। ਜਦੋਂ ਵੱਡੇ ਵੱਡੇ ਲੰਮੇ ਲੰਮੇ ਤੇ ਮੋਟੇ ਮੋਟੇ ਆਏ ਪਹਿਲਵਾਨ ਤੇ ਉਹ ਜਦੋਂ ਤੁਰਨ ਧਮਕਾ ਪੈਣ ਜ਼ਮੀਨ ਤੇ, ਤੇ ਗੁਰਮੁਖੋ ਜਦੋਂ ਰਾਜੇ ਮਹਾਰਾਜ ਦੇ ਸਾਹਮਣੇ ਆਏ, ਸੱਚੇ ਪਾਤਸ਼ਾਹ ਕਹਿੰਦੇ ਭਾਈ ਕੋਈ ਹੈਗਾ ਜਿਹੜਾ ਸਾਡੇ ਪਹਿਲਵਾਨਾਂ ਨਾਲ ਘੋਲ ਕਰੇ ਜੀ? ਹਾਂਜੀ, ਕੋਈ ਨਹੀਂ ਉੱਠਿਆ, ਨਾ ਰਾਜੇ ਉੱਠੇ ਜੀ। ਮਹਾਰਾਜ ਪਹਿਲਵਾਨਾਂ ਨੂੰ ਕਹਿਣ ਲੱਗੇ ਭਾਈ ਦੱਸੋ ਤੁਹਾਡੇ 'ਚ ਕਿੰਨੀ ਕੁ ਸ਼ਕਤੀ ਹੈਗੀ ਹੈ? ਤੇ ਪਹਿਲਵਾਨ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ
ਤੁਹਾਡੀ ਦਿੱਤੀ ਹੋਈ ਸ਼ਕਤੀ ਦੀ ਗੱਲ ਕਰਨ ਲੱਗੇ ਹਾਂ। ਮਹਾਰਾਜ ਆ ਦੋਵੇਂ ਰਾਜੇ ਬੈਠੇ ਨੇ, ਦੋਵਾਂ ਰਾਜਿਆਂ ਦੀਆਂ ਸੈਨਾਵਾਂ ਨਾਲ ਆਈਆਂ ਫੌਜਾਂ ਆਈਆਂ ਨਾਲ। ਸੱਚੇ ਪਾਤਸ਼ਾਹ ਤੁਸੀਂ ਇੱਕ ਵਾਰ ਹੁਕਮ ਕਰੋ, ਦੋਵਾਂ ਰਾਜਿਆਂ ਦੀਆਂ ਫੌਜਾਂ ਨੂੰ ਕੀਮਾ ਕੀਮਾ ਕਰ ਦਈਏ ਮਹਾਰਾਜ, ਇਹਨਾਂ ਦੀਆਂ ਫੌਜਾਂ ਦਾ ਨਾਸ਼ ਕਰ ਦਈਏ ਜੀ। ਹਾਂਜੀ ਮਹਾਰਾਜ, ਇੱਕ ਬੰਨੇ ਕਹਿਲੂਰ ਤੇ ਇੱਕ ਬੰਨੇ ਹੰਡੂਰ, ਸੱਚੇ ਪਾਤਸ਼ਾਹ ਦੋਵੇਂ ਪਹਾੜ ਚੁੱਕ ਕੇ ਚੂਰ ਚੂਰ ਕਰ ਦਈਏ ਸੱਚੇ ਪਾਤਸ਼ਾਹ। ਹਾਂਜੀ ਅਜੇ ਉਹਨਾਂ ਕੋਲ ਕੀ ਕਰਨਾ ਸੀਗਾ ਜੀ, ਰਾਜੇ ਤੇ ਸੁਣ ਸੁਣੀ ਡਰਨ ਲੱਗ ਪਏ ਜੀ, ਕੰਬਣ ਹੀ ਲੱਗ ਪਏ ਜੀ, ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦਿਓ, ਅਸੀਂ ਹੰਕਾਰ ਲੈ ਕੇ ਤੁਹਾਡੇ ਕੋਲ ਆਏ ਸਨ ਜੀ। ਹੁਣ ਇਹਦੇ ਤੋਂ ਅੱਗੇ ਕਥਾ ਚੱਲਣੀ ਹੈ। ਗੁਰਮੁਖੋ, ਛਲੀਆ ਬੰਦਾ ਜੀ ਉੱਤੋਂ ਕੁਝ ਵਿਖਾਉਂਦਾ ਹੋਵੇ ਤੇ ਅੰਦਰੋਂ ਕੁਝ ਹੋਵੇ ਜੀ, ਫਿਰ ਬੇਦ ਜੀ ਸੁਣੋ, ਆਏ ਤੇ ਰਾਜੇ ਵੀ ਸਨ ਜੀ। ਹਾਂਜੀ ਆਹੇ ਜੀ ਮਹਾਰਾਜ ਦੇ ਦਰਸ਼ਨ ਕਰਨੇ ਜੀ, ਤੇ ਵਿਚਲੀ ਕੀ ਭਾਵਨਾ ਸੀ, ਵਿਚਲੀ ਭਾਵਨਾ ਹਾਥੀਆਂ ਦੇ ਨਾਲ ਜੁੜੀ, ਗੁਰੂ ਜੀ ਨੂੰ ਪਤਾ ਲੱਗ ਗਿਆ ਜੀ। ਬੰਦਾ ਕਈ ਵਾਰੀ ਵੱਡੇ ਵੱਡੇ ਬੰਦਿਆਂ ਨੂੰ ਬੁੱਧੂ ਬਣਾਉਣ ਦਾ ਯਤਨ ਕਰਦਾ ਜੀ, ਆਪ ਤੋਂ ਵੱਡਿਆਂ ਨੂੰ ਵੀ ਬੁੱਧੂ ਬਣਾਉਣ ਦਾ ਯਤਨ ਕਰਦਾ ਵੀ ਸ਼ਾਇਦ ਬੁੱਧੂ ਬਣ ਜਾਣਗੇ, ਪਰ ਸੱਚੇ ਪਾਤਸ਼ਾਹ ਤੇ ਖੁਦ ਪਰਮੇਸ਼ਰ ਨੇ। ਹਾਂਜੀ ਵੱਡਿਆਂ ਦੇ ਸਾਹਮਣੇ ਚਲਾਕੀਆਂ ਨਹੀਂ ਚੱਲਦੀਆਂ ਬੰਦੇ ਦੀਆਂ। ਹਾਂਜੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰੇ ਮਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਹਾਂਜੀ ਮਨ ਨੂੰ ਉਹਦੇ ਨਾਲ ਲਾਉਣਾ ਕਰੋ, ਚਤੁਰਾਈ ਨਾਲ ਗੱਲ ਨਹੀਂ ਬਣਦੀ ਜੀ। ਹੁਣ ਅੱਗੋਂ ਸੁਣੋ ਗੁਰੂ ਘਰ ਦਾ ਪਵਿੱਤਰ ਇਤਿਹਾਸ। ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਗੱਜ ਕੇ ਆਖੋ, ਧੰਨ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਇੱਕ ਵਾਰੀ ਫਿਰ ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਸਭ ਸੰਗਤਾਂ ਗੱਜ ਕੇ ਆਖੋ ਜੀ, ਸਤਨਾਮ ਸ੍ਰੀ, ਫਿਰ ਆਖੋ ਜੀ, ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਸੰਨਿਆਸੀ ਭਗਵਾਨ ਗਿਰ ਵਿਚਰਿਓ ਦੇਸ਼ ਵਿਦੇਸ਼। ਇੱਕ ਸੰਨਿਆਸੀ ਜੀ ਜਿਹਦਾ ਨਾਮ ਭਗਵਾਨ ਗਿਰ ਹੈਗਾ ਜੀ। ਹਾਂਜੀ ਕਈ ਹਿੰਦੂ ਵੀਰਾਂ ਦੇ ਨਾਮ ਨਾਲ ਗਿਰ ਸ਼ਬਦ ਲੱਗਦਾ ਜੀ, ਹੋਰ ਸ਼ਬਦ ਲੱਗਦੇ ਜੀ, ਸੰਨਿਆਸੀ ਹੈਗਾ ਜੀ, ਇਹਦਾ ਨਾਮ ਭਗਵਾਨ ਗਿਰ ਹੈਗਾ ਜੀ, ਭਗਵਾਨ ਗਿਰ। ਹਾਂਜੀ ਰੱਬ ਨੂੰ ਮਿਲਣਾ ਚਾਹੁੰਦਾ ਜੀ, ਤੇ ਰਸਤਾ ਜਿਹੜਾ ਉਹ ਇਹਨੇ ਸੰਨਿਆਸ ਦਾ ਧਾਰਨ ਕੀਤਾ ਜੀ, ਸੰਨਿਆਸ ਦਾ। ਅੱਗੇ ਜਾ ਕੇ ਆਏਗਾ ਵੀ ਸੰਨਿਆਸ ਕੀ ਹੁੰਦਾ ਜੀ। ਹਾਂਜੀ ਸੰਨਿਆਸੀ ਹੈਗਾ ਜੀ, ਕੱਪੜੇ ਸਰੀਰ ਤੇ ਕੱਟ ਪਾਉਣੇ, ਜੰਗਲਾਂ ਦੇ ਵਿੱਚ ਰਹਿਣਾ ਜੀ। ਚਾਹੁੰਦਾ ਸੀ ਵੀ ਮੇਰੇ ਮਨ ਨੂੰ ਰਸ ਆਵੇ, ਮੇਰੇ ਮਨ ਨੂੰ ਟਿਕਾ ਆਵੇ, ਪਰ ਮਨ ਨੂੰ ਆਨੰਦ ਨਹੀਂ ਸੀ ਆਉਂਦਾ ਜੀ, ਮਨ ਨੂੰ ਰਸ ਨਹੀਂ ਸੀ ਆਉਂਦਾ, ਮਨ ਨਹੀਂ ਸੀ ਉਹਦਾ ਟਿਕਦਾ ਹੁੰਦਾ ਜੀ। ਮਨ ਨੂੰ ਟਿਕਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਗਿਆ ਜੀ, ਵੀ ਕਿਤੋਂ ਅੰਦਰ ਦਾ ਆਨੰਦ ਲੱਭ ਜੇ, ਕਿਤੇ ਅੰਦਰੋਂ ਖੇੜਾ ਲੱਭ ਜੇ। ਹਾਂਜੀ ਆਵਤ ਭਇਓ ਪੰਜਾਬ ਮਹਿ, ਜਿਸ ਕੇ ਭਾਗ ਵਿਸ਼ੇਸ਼। ਉਹ ਜਿਹੜਾ ਸੰਨਿਆਸੀ ਹੈਗਾ ਨਾ ਜੀ, ਜਿਹਦਾ ਨਾਮ ਭਾਈ ਸਾਹਿਬ ਨੇ ਭਗਵਾਨ ਗਿਰ ਲਿਖਿਆ ਜੀ, ਉਹ ਕੁਦਰਤੀ ਪੰਜਾਬ ਵਿੱਚ ਆ ਗਿਆ ਜੀ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਦਾ ਹੋਇਆ ਪੰਜਾਬ ਦੇ ਵਿੱਚ ਆ ਗਿਆ ਜੀ। ਉਹਦੇ ਇੱਕਦਮ ਭਾਗ ਜਾਗ ਗਏ, ਕੋਈ ਪੂਰਬਲੀ ਭਗਤੀ ਸੀ। ਗੁਰਮੁਖੋ ਰੱਬ ਦੇ ਰਸਤੇ ਤੇ ਤੁਰਨ ਵਾਲੇ ਬੰਦਿਆਂ ਨੂੰ ਕੋਈ ਨਾ ਕੋਈ ਰਸਤਾ ਲੱਭ ਪੈਂਦਾ ਜੀ, ਐਸੀ ਗੱਲ ਨਹੀਂ ਹੈਗੀ, ਕਿਤੋਂ ਨਾ ਕਿਤੋਂ ਬੰਦੇ ਦੀ ਗੱਲ ਬਣ ਜਾਂਦੀ ਹੈ ਜੀ, ਪਰ ਬੰਦਾ ਤੁਰੇ ਤੇ ਸਹੀ ਜੀ। ਹਰ ਗੱਲ ਦਾ ਖੰਡਨ, ਹਰ ਗੱਲ ਦਾ ਖੰਡਨ, ਤੇ ਕਹਿੰਦੇ ਅਸੀਂ ਆਪਣੇ ਆਪ ਨੂੰ ਵੀ ਅਸੀਂ ਰੱਬ ਦੇ ਰਸਤੇ ਤੇ ਤੁਰਦੇ ਹਾਂ ਜੀ। ਰੱਬ ਦੇ ਰਸਤੇ ਤੇ ਤੁਰਨ ਵਾਲੇ ਲੋਕ ਖੰਡਨ ਮੰਡਨ ਵਿੱਚ ਨਹੀਂ ਪੈਂਦੇ, ਉਹ ਤੇ ਕੇਵਲ ਨਾਮ ਵਿੱਚ ਚਿੱਤ ਜੋੜਦੇ ਜੀ ਆਪਣਾ ਜੀ। ਇਹ ਭਗਵਾਨ ਗਿਰ ਰੱਬ ਨੂੰ ਮੰਨਣ ਵਾਲਾ, ਰੱਬ ਦੇ ਰਸਤੇ ਤੇ ਤੁਰਨਾ ਚਾਹੁੰਦਾ, ਕੋਈ ਇੰਨੀ ਜਿਹੜੀ ਭਗਤੀ ਕੀਤੀ, ਸੰਨਿਆਸ ਕੱਟਿਆ, ਉਹਦੇ ਕਰਕੇ ਇਹ ਪੰਜਾਬ ਵਿੱਚ ਆ ਗਿਆ ਜੀ, ਕੋਈ ਇਹਦੇ ਭਾਗ ਜਾਗੇ ਜੀ ਇਸ ਦੇ। ਹਾਂਜੀ ਚੌਪਈ ਜਹ ਕਹ ਮਹਿਮਾ ਸਤਿਗੁਰ ਕੇਰੀ, ਜਿੱਥੇ ਕਿੱਥੇ ਉਹਨੇ ਪੰਜਾਬ ਵਿੱਚ ਵੇਖਿਆ, ਜਿਹੜੇ ਪਿੰਡ ਸ਼ਹਿਰ ਨਗਰ ਵਿੱਚ ਜਾਵੇ,
ਉੱਥੇ ਹੀ ਗੁਰੂ ਹਰਿਰਾਏ ਸਾਹਿਬ ਜੀ ਦੀ ਮਹਿਮਾ ਸੁਣੀ ਦੀ ਓ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਕੋਈ ਭਾਗ ਉਹਦੇ ਜਾਗ ਚੁੱਕੇ ਸੀਗੇ ਜੀ ਸੰਨਿਆਸੀ ਦੇ ਹਾਂਜੀ ਜਿੱਥੇ ਜਿੱਥੇ ਗਿਆ ਜਿਹੜੇ ਜਿਹੜੇ ਪਿੰਡ ਗਿਆ ਉਸੇ ਉਸੇ ਪਿੰਡ ਵਿੱਚ ਗੁਰੂ ਹਰਿਰਾਏ ਸਾਹਿਬ ਦਾ ਉਹਨੇ ਨਾਮ ਸੁਣਿਆ ਜੀ ਤੇ ਐਵੇਂ ਨਾਮ ਨਹੀਂ ਸੁਣਿਆ ਜਸ ਵਾਲਾ ਨਾਮ ਸੁਣਿਆ ਜਿਹੜਾ ਵੀ ਸਿੱਖ ਮਿਲੇ ਉਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਜਸ ਕਰੇ ਜੀ ਹਾਂਜੀ ਸਭ ਹਨ ਤੇ ਸੁਣ ਸਰੋਣ ਕਨੇਰੀ ਉਸ ਸੰਨਿਆਸੀ ਨੇ ਸਾਰਿਆਂ ਦੇ ਮੁਖੋਂ ਮਹਾਰਾਜ ਦਾ ਜਸ ਸੁਣਿਆ ਜੀ ਜਸ ਜੀ ਜਿਹੜਾ ਜਸ ਹੈਗਾ ਨਾ ਜੀ ਉਹ ਬੰਦੇ ਦੇ ਮਨ ਉੱਤੇ ਅਸਰ ਪਾ ਦਿੰਦਾ ਜੀ ਤਾਰੀਫ ਹੈ ਬੰਦਾ ਆਮ ਕਿਸੇ ਪ੍ਰੋਡਕਟ ਦੀ ਤਾਰੀਫ ਕਰੀ ਜਾਏ ਤੇ ਉਹ ਅਸਰ ਕਰ ਜਾਂਦੀ ਜੀ ਤੇ ਸੱਚੇ ਸਤਿਗੁਰਾਂ ਦੀ ਤਾਰੀਫ ਤੇ ਬਹੁਤ ਅਸਰ ਕਰਦੀ ਜੀ ਉਹ ਸੁਣ ਸੁਣ ਕੇ ਉਹਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ ਜੀ ਸੁਣ ਸੁਣ ਕੇ ਮੈਂ ਬੇਨਤੀ ਕਰਾਂ ਗੁਰਮੁਖੋ ਜਿਹੜਾ ਪ੍ਰਾਪਤੀ ਕਰਨਾ ਚਾਹੁੰਦਾ ਉਹਦੇ ਵਾਸਤੇ ਸੁਣਨਾ ਬਹੁਤ ਜ਼ਰੂਰੀ ਹੈਗਾ ਜੀ ਸੁਣੇਗਾ ਕਿਤੇ ਨਾ ਕਿਤੇ ਰੰਗ ਲੱਗੇਗਾ ਮਨ ਨੂੰ ਹਾਂਜੀ ਸੁਣਦਾ ਗਿਆ ਉਹਨੇ ਵੇਖਿਆ ਅੱਧੋ ਕੀ ਪੰਜਾਬ ਵਿੱਚ ਹਰ ਥਾਂ 'ਤੇ ਗੁਰੂ ਜੀ ਦੀ ਮਹਿਮਾ ਹਰ ਥਾਂ 'ਤੇ ਗੁਰੂ ਜੀ ਦੀ ਮਹਿਮਾ ਬਹੁਤ ਜ਼ਿਆਦਾ ਮਹਿਮਾ ਉਹਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਸੁਣੀ ਜੀ ਹਾਂਜੀ ਮਨ ਅਨੁਰਾਗ ਲਾਗ ਬੇ ਲਾਗਾ ਹੁਣ ਸੁਣੋ ਗੁਰਮੁਖੋ ਸੁਣ ਸੁਣ ਕੇ ਫਿਰ ਮਨ ਵਿੱਚ ਪ੍ਰੇਮ ਜਾਗਣ ਲੱਗ ਪਿਆ ਜੀ ਗੱਜ ਕੇ ਆਖੋ ਇਸ ਕਰਕੇ ਗੁਰਮੁਖੋ ਜਿਹੜੇ ਸੁਣਦੇ ਨੀ ਫਿਰ ਉਹਨਾਂ ਦੇ ਮਨ ਵਿੱਚ ਪ੍ਰੇਮ ਵੀ ਨੀ ਜਾਗਦਾ ਜੀ ਕਈ ਵਾਰ ਸੁਣਨ ਵਾਲੇ ਕਿਤੇ ਨਾ ਕਿਤੇ ਕੁਝ ਨਾ ਕੁਝ ਖੱਟ ਲੈਂਦੇ ਜੀ ਹਾਂਜੀ ਹੁਣ ਵੇਖੋ ਨਾ ਜੀ ਰੱਬ ਨੇ ਦੋ ਕੰਨ ਲਾਏ ਤੇ ਜੀਭ ਇੱਕ ਲਾਈ ਹੈ ਜੀ ਇਹਦਾ ਮਤਲਬ ਵੀ ਸੁਣਨਾ ਬਹੁਤਾ ਤੇ ਬੋਲਣਾ ਥੋੜਾ ਹੈਗਾ ਜੀ ਸੁਣਨਾ ਜ਼ਿਆਦਾ ਉਹਨੇ ਜ਼ਿਆਦਾ ਸੁਣਿਆ ਜੀ ਸੁਣ ਸੁਣ ਕੇ ਗੁਰੂ ਜੀ ਦੀ ਸਿਫਤ ਸੁਣਾਉਣ ਵਾਲਿਆਂ ਨੇ ਇੰਨੇ ਵਧੀਆ ਤਰੀਕੇ ਨਾਲ ਸੰਨਿਆਸੀ ਨੂੰ ਤਾਰੀਫ ਸੁਣਾਈ ਸੁਣ ਸੁਣ ਕੇ ਉਹਦੇ ਮਨ ਵਿੱਚ ਪ੍ਰੇਮ ਜਾਗ ਗਿਆ ਜੀ ਪ੍ਰੇਮ ਜੀ ਹਾਂਜੀ ਦਰਸ਼ਨ ਚਾਹਤ ਭਾਵਡ ਭਾਗਾ ਪ੍ਰੇਮ ਦੀ ਇੱਕ ਨਿਸ਼ਾਨੀ ਹੈਗੀ ਗੁਰਮੁਖੋ ਜਿੱਥੇ ਪ੍ਰੇਮ ਪੈਦਾ ਹੋ ਜੇ ਬੰਦਾ ਉੱਥੇ ਦਰਸ਼ਨ ਕਰਨ ਜਾਂਦਾ ਜੀ ਫਿਰ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਨਾਲ ਉਹਦਾ ਪੈ ਗਿਆ ਪਿਆਰ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਦੀ ਮਨ ਵਿੱਚ ਚਾਹਤ ਬੱਜੀ ਜੀ ਵੀ ਮੈਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਾਂ ਵੇਖੋ ਕਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਰਿਹਾ ਸੀਗਾ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਦਾ ਘੁੰਮਦਾ ਪੰਜਾਬ 'ਚ ਆਇਆ ਜੀ ਪੰਜਾਬ ਵਿੱਚ ਸੁਣਿਆ ਗੁਰੂ ਜੀ ਦਾ ਜਸ ਤੇ ਸੁਣ ਸੁਣ ਕੇ ਦਰਸ਼ਨ ਕਰਨ ਦੀ ਭਾਵਨਾ ਪੈਦਾ ਹੋ ਗਈ ਵੀ ਮੈਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਾਂ ਜੀ ਤਨ ਤੇ ਕੱਪੜੇ ਥੋੜੇ ਪਾਏ ਸੀਗੇ ਜੀ ਹਾਂਜੀ ਸੰਨਿਆਸੀ ਲੋਕ ਆਪਣਾ ਘਰ ਟੱਬਰ ਛੱਡ ਦਿੰਦੇ ਜੀ ਜਿਹੜੇ ਸੰਨਿਆਸੀ ਹੁੰਦੇ ਨਾ ਜੀ ਉਹ ਘਰ ਟੱਬਰ ਛੱਡ ਦਿੰਦੇ ਤੇ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਰੱਖਦੇ ਜੀ ਸੰਨਿਆਸੀ ਲੋਕ ਜਿਹੜੇ ਜੀ ਬਸ ਰੱਬ ਦੇ ਆਸਰੇ ਰਹਿੰਦੇ ਜਿੱਥੇ ਮਿਲ ਗਿਆ ਉੱਥੇ ਖਾ ਲਿਆ ਜੀ ਘਰ ਪਰਿਵਾਰ ਛੱਡਿਆ ਜੇਬ ਵਿੱਚ ਇੱਕ ਪੈਸਾ ਨਹੀਂ ਹੈਗਾ ਜੀ ਬਸ ਉਹ ਥੋੜ੍ਹੇ ਜਿਹੇ ਕੱਪੜੇ ਜਿਹੜੇ ਤਨ 'ਤੇ ਪਾਉਂਦਾ ਉਹ ਹੀ ਨੇ ਮਨ ਵਿੱਚ ਹੈਗਾ ਕਿਤੇ ਆਨੰਦ ਆ ਜੇ ਜੀਵਨ ਵਿੱਚ ਹਾਂਜੀ ਕਰਦਿਆਂ ਕਰਦਿਆਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨਾਂ ਦੀ ਵਿਚਾਰ ਬਣੀ ਸੰਨਿਆਸੀ ਕੈ ਪੰਥ ਮਝਾਰਾ ਹਾਂਜੀ ਧਨ ਕੁਲ ਕੋ ਅਭਿਮਾਨ ਨਿਵਾਰਾ ਟੱਬਰ ਦਾ ਮਾਣ ਵੀ ਛੱਡਿਆ ਤੇ ਧਨ ਦਾ ਮਾਣ ਵੀ ਛੱਡਿਆ ਤੇ ਸੰਨਿਆਸੀ ਰਸਤੇ ਤੇ ਤੁਰ ਰਿਹਾ ਸੀਗਾ ਜੀ ਇੱਕ ਗੱਲ ਚੇਤਾ ਰੱਖੋ ਗੁਰਮੁਖੋ ਆਪਾਂ ਗੁਰੂ ਸਾਹਿਬ ਨੂੰ ਵੀ ਆਪਣੇ ਪਾਵੇ ਨਾਲ ਬੰਨ ਕੇ ਰੱਖਦੇ ਜੀ ਸੱਚੇ ਪਾਤਸ਼ਾਹ ਸਾਡੇ ਪਾਵੇ ਨਾਲ ਹੀ ਬੱਜੇ ਰਹਿਣ ਮਹਾਰਾਜ ਸਾਡੇ ਹੀ ਨੇ ਸਾਡੇ ਤੇ ਹਨ ਹੀ ਪਰ ਗੁਰੂ ਹਰਿਰਾਏ ਸਾਹਿਬ ਹਿੰਦੂਆਂ ਦੇ ਵੀ ਨੇ ਗੁਰੂ ਹਰਿਰਾਏ ਸਾਹਿਬ ਮੁਸਲਮਾਨਾਂ ਦੇ ਵੀ ਨੇ ਤੇ ਜੇ ਈਸਾਈ ਵੀ ਗੁਰੂ ਜੀ ਦਾ ਨਾਮ ਲਏ ਤੇ ਗੁਰੂ ਜੀ ਉਹਨਾਂ ਦੇ ਵੀ ਨੇ ਜੀ ਆਪਾਂ ਐਵੇਂ ਆਪਣੇ ਕਿੱਲੇ ਨਾਲ ਬੰਨੀ ਰੱਖੀਏ ਸਾਨੂੰ ਤੇ ਮਾਣ ਮਿਲਿਆ ਆਪਾਂ ਕਹਿ ਸਕਦੇ ਵੀ ਆਪਾਂ ਗੁਰੂ ਦੇ ਸਿੱਖ ਹਾਂ ਜੀ ਸੰਨਿਆਸੀ ਰਸਤੇ ਤੇ ਚੱਲਣ ਵਾਲਾ ਇਹ ਸੰਨਿਆਸੀ ਭਗਵਾਨ ਗਿਰੀ ਮਹਾਰਾਜ ਦੇ ਦਰਸ਼ਨ ਕਰਨ ਆਇਆ ਜੀ ਹਾਂਜੀ ਧਰ ਲਾਲਸ ਦਰਸ਼ਨ ਕੋ ਆਵਾ ਹਿਰਦੇ ਮਨੋਰਥੇ ਉਠਾਵਾ ਦੇਖੋ ਬੰਦੇ ਦਾ ਜਿਹੜਾ ਪਿਛਲਾ ਹਿਸਾਬ ਕਿਤਾਬ ਹੈ ਕਈ ਥਾਵਾਂ ਤੇ ਗਿਆ ਕਈ ਪ੍ਰਕਾਰ ਦੇ ਮਨ ਵਿੱਚ ਇਹਦੇ ਨਾਲ ਧੋਖੇ ਵੀ ਹੋਏ ਜੀ ਦਰਸ਼ਨ ਕਰਨ ਵਾਸਤੇ ਤੁਰਤ ਪਿਆ ਜੀ ਆਉਂਦਾ ਆਉਂਦਾ ਇਹਨੇ ਮਨ ਵਿੱਚ ਵਿਚਾਰ ਕੀਤੀ ਜੀ ਇੱਕ ਜੀ ਪਤਾ ਕੀ ਵਿਚਾਰ ਕੀਤੀ ਧਿਆਨ ਨਾਲ ਸੁਣੋ ਹਾਂਜੀ ਜੇਕਰ ਪਰਮੇਸ਼ਰ ਅਵਤਾਰੂ ਜੇ ਕਿਉਂਕਿ ਦੱਸਣ ਵਾਲਿਆਂ ਨੇ ਦੱਸਿਆ ਨਾ ਵੀ ਗੁਰੂ ਹਰਿਰਾਏ ਸਾਹਿਬ ਤੇ ਖੁਦ ਰੱਬ ਦਾ ਰੂਪ ਨੇ
ਗੁਰੂਵਾਰ ਰਾਏ ਸਾਹਿਬ ਸੱਚੇ ਪਾਤਸ਼ਾਹ ਤੇ ਪਰਮੇਸ਼ਰ ਦਾ ਰੂਪ ਨੇ। ਹਾਂਜੀ ਅਵਨੇ ਪਰ ਠਾਨਤ ਵਿਵਹਾਰੂ ਤੇ ਦੱਸਣ ਵਾਲਿਆਂ ਨੇ ਦੱਸਿਆ ਸੰਨਿਆਸੀ ਭਗਵਾਨ ਗਿਰੀ ਗੁਰੂਵਾਰ ਰਾਏ ਸਾਹਿਬ ਹੈ ਤੇ ਰੱਬ ਨੇ ਪਰ ਧਰਤੀ ਤੇ ਆਮ ਮਨੁੱਖਾਂ ਦੀ ਤਰ੍ਹਾਂ ਰਹਿਣ ਦੇ ਨੇ। ਜਿਵੇਂ ਆਮ ਮਨੁੱਖ ਰਹਿੰਦੇ ਉਵੇਂ ਰਹਿ ਰਹੇ, ਕੋਈ ਉਹਨਾਂ ਨੇ ਐਸੀ ਗੱਲ ਅਡੰਬਰ ਨਹੀਂ ਰਚਿਆ। ਹਾਂਜੀ ਤੋ ਮੁਝ ਕੋ ਦਰਸ਼ਨ ਇਮ ਦੇਵੇ ਗੁਰਮੁਖੋ। ਹੁਣ ਬੰਦੇ ਦਾ ਮਨ ਬੜਾ ਕੁਝ ਸੋਚਦਾ ਜੀ। ਕਈ ਬੰਦਿਆਂ ਦਾ ਸੁਭਾਅ ਹੁੰਦਾ ਉਹ ਪਹਿਲਾਂ ਪਰਖਦੇ ਤੇ ਫਿਰ ਵਿਸ਼ਵਾਸ ਕਰਦੇ ਜੀ। ਉਹ ਪਤਾ ਕੀ ਸੋਚਣ ਲੱਗਾ ਜੀ? ਕਹਿਣ ਲੱਗਾ ਜੇਤ ਨੇ ਗੁਰੂ ਹਰਿ ਰਾਏ ਸਾਹਿਬ ਰੱਬ ਤੇ ਰੱਬ ਤੇ ਕੁਝ ਵੀ ਕਰ ਸਕਦਾ ਜੀ। ਹਾਂਜੀ ਜੇ ਨੇ ਗੁਰੂ ਹਰਿ ਰਾਏ ਸਾਹਿਬ ਰੱਬ, ਜੇ ਗੁਰੂ ਹਰਿ ਰਾਏ ਸਾਹਿਬ ਪਰਮੇਸ਼ਰ ਦਾ ਅਵਤਾਰ ਨੇ ਤੇ ਜਿਵੇਂ ਦਾ ਮੈਂ ਮਨ ਵਿੱਚ ਫੁਰਨਾ ਬਣਾਵਾਂ ਮੈਨੂੰ ਉਹੋ ਜਿਹੀ ਗਾਂ ਦਰਸ਼ਨ ਦੇਣ ਜੀ। ਹੁਣ ਫੁਰਨਾ ਕਿਹੋ ਜਿਹਾ ਬਣਾ ਰਿਹਾ ਸੁਣੋ। ਹਾਂਜੀ ਰੂਪ ਚਤੁਰ ਭੁਜ ਕੋ ਧਰ ਲੈਵੇ ਗੁਰਮੁਖੋ। ਉਹਨੇ ਮਨ ਵਿੱਚ ਵਿਚਾਰ ਕੀਤੀ, ਕਿਉਂ ਪਹਿਲਾਂ ਕਿਤੇ ਵਿਸ਼ਨੂੰ ਜੀ ਦਾ ਜਸ ਸੁਣਿਆ ਸੀਗਾ, ਉਹਦੇ ਮਨ ਵਿੱਚ ਵਿਸ਼ਨੂੰ ਜੀ ਦਾ ਇਹੋ ਜਿਹਾ ਸਰੂਪ ਵਸਿਆ ਸੀ ਵੀ ਚਾਰ ਉਹਨਾਂ ਦੀਆਂ ਬਾਹਾਂ ਨੇ ਜੀ ਤੇ ਪੀਲੇ ਰੰਗ ਦੇ ਉਹ ਕੱਪੜੇ ਪਾਉਂਦੇ ਨੇ। ਹੁਣ ਮੈਂ ਫਿਰ ਬੇਨਤੀ ਕਰਾਂ, ਜੇ ਉਹਨੇ ਨਾਲ ਕੰਡੀਸ਼ਨ ਰੱਖਤੀ ਵੀ ਜੇ ਰੱਬ ਨੇ ਤਾਂ ਜੀ, ਜੇ ਤੇ ਪਰਮੇਸ਼ਰ ਦਾ ਰੂਪ ਨੇ ਤੇ ਮੇਰੇ ਜਾਂਦਿਆਂ ਨੂੰ ਮੈਨੂੰ ਉਸ ਰੂਪ ਚ ਦਰਸ਼ਨ ਦੇਣ ਜਿਹੜੇ ਰੂਪ ਦੇ ਮੈਂ ਫੋਟੋਆਂ ਚ ਦਰਸ਼ਨ ਕਰਦਾ ਰਿਹਾ, ਚਿੱਤਰਾਂ ਵਿੱਚ ਜਿਹੋ ਜਿਹੇ ਚਿੱਤਰ ਦੇ ਮੈਂ ਦਰਸ਼ਨ ਕਰਦਾ ਰਿਹਾ, ਗੁਰੂ ਹਰਿ ਰਾਏ ਸਾਹਿਬ ਮਹਾਰਾਜ ਮੈਨੂੰ ਉਹੋ ਜਿਹੇ ਰੂਪ ਚ ਦਰਸ਼ਨ ਦੇਣ ਜੀ। ਹਾਂਜੀ ਮੈਂ ਪਨ ਬਨੋ ਸਿੱਖ ਨਕੇਰਾ, ਫਿਰ ਮੈਂ ਮੰਨਾਂਗਾ ਵੀ ਉਹ ਰੱਬ ਦਾ ਰੂਪ ਨੇ। ਹਾਂਜੀ ਤੇ ਜੇ ਮੈਨੂੰ ਉਹੋ ਜਿਹੇ ਰੂਪ ਚ ਦਰਸ਼ਨ ਨਾ ਦਿੱਤੇ ਫਿਰ ਮੈਂ ਉਹਨਾਂ ਦਾ ਸਿੱਖ ਨਹੀਂ ਬਣਨਾ। ਜੇ ਮੈਨੂੰ ਉਹੋ ਜਿਹੇ ਰੂਪ ਚ ਦਰਸ਼ਨ ਦੇਣ, ਜਿਹੋ ਜਿਹੇ ਰੂਪ ਚ ਮੈਂ ਚਿੱਤਰਾਂ ਚ ਦਰਸ਼ਨ ਕੀਤੇ ਜੀ, ਚਾਰ ਬਾਹਾਂ ਵਾਲੇ ਰੂਪ ਚ। ਹਾਂਜੀ ਤੇ ਹੁਣ ਆਮ ਲੋਕ ਇੰਨੀ ਗੱਲ ਸੁਣ ਕੇ ਤਰਕ ਕਰ ਦਿੰਦੇ, ਗੁਰਮੁਖੋ ਉਹ ਫਿਰ ਸਮਰੱਥ ਗੁਰੂ ਕਿਵੇਂ ਹੋ ਸਕਦੇ ਜਿਹੜੇ ਕਿਸੇ ਦੀ ਭਾਵਨਾ ਨੂੰ ਪੂਰੀ ਨਾ ਕਰਨ ਦੀ। ਹਾਂਜੀ ਸਮਰੱਥ ਗੁਰੂ ਦਾ ਅਰਥ ਹੈ ਉਹਨੇ ਭਾਵਨਾ ਪੂਰੀ ਕਰਨੀ ਹੈ ਜੀ। ਉਹੋ ਜਿਹੇ ਦਰਸ਼ਨ ਹੋਣ ਜਿਹੋ ਜਿਹੇ ਮੈਂ ਫੋਟੋਆਂ 'ਚ ਦਰਸ਼ਨ ਕਰਦਾ, ਚਿੱਤਰਾਂ 'ਚ ਦਰਸ਼ਨ ਕਰਦਾ ਜੀ, ਤਾਂ ਮੈਂ ਉਹਨਾਂ ਦਾ ਸਿੱਖ ਬਣਾਂਗਾ। ਹਾਂਜੀ ਜਿਨ ਕੋ ਪਸਰਿਓ ਜਸ ਬਹੁ ਤੇਰਾ, ਆਖਰ ਇਹਨਾਂ ਜਸ ਉਹਨਾਂ ਦਾ ਫੈਲਿਆ ਕੋਈ ਨਾ ਕੋਈ ਗੱਲ ਤੇ ਹੋਏਗੀ ਨਾ। ਕਹਿਣ ਲੱਗਾ ਹਾਂਜੀ ਸਤਿਗੁਰ ਅੰਤਰ ਜਾਮੀ ਜਾਨਾ, ਗੱਜ ਕੇ ਆਖੋ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਹੋਰ ਪ੍ਰੇਮ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਇਧਰੋਂ ਸੰਨਿਆਸੀ ਮਹਾਰਾਜ ਕੋਲ ਆਉਂਦੇ ਆ ਜੀ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸੰਨਿਆਸੀ ਦੇ ਅੰਦਰ ਦੀ ਗੱਲ ਜਾਣਨ ਦਏ ਨੇ ਜੀ ਵੀ ਸੰਨਿਆਸੀ ਮਨ ਵਿੱਚ ਕੀ ਸੋਚਣ ਦਿਆ, ਸੰਨਿਆਸੀ ਕਿਹੜੇ ਰੂਪ ਦੇ ਦਰਸ਼ਨ ਲੈਣਾ ਚਾਹੁੰਦਾ ਸਾਡੇ ਕੋਲੋਂ। ਹਾਂਜੀ ਬਨੇ ਚਤੁਰ ਭੁਜ ਰੂਪ ਸੁਜਾਨਾ, ਹਾਂਜੀ ਸਿਆਲਮ ਅਲਸੀ ਕੁਸਮ ਮਨੋ ਹੈ, ਹਾਂਜੀ ਬ੍ਰਿਗ ਵਿਸਾਲ ਦਲ ਕਮਲ ਬਨੋ ਹੈ, ਹਾਂਜੀ ਸੰਖ ਗਦਾ ਧਰ ਪਦਮ ਚੱਕਰ ਕੋ, ਮੁਖ ਮੰਡਲ ਸੁੱਠ ਪ੍ਰਿਗਟ ਬੱਕਰ ਕੋ। ਆਪਾਂ ਵੀ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ, ਹੁਣ ਵੇਖੋ ਨਾ ਜੀ ਇੱਥੇ ਤੁਸੀਂ ਆ ਕੇ ਬੈਠੇ ਹੋ, ਕੋਈ ਬੜਾ ਭਾਗਾਂ ਵਾਲਾ ਹੋਵੇ ਜੀ, ਬੜਾ ਬੰਦਗੀ ਵਾਲਾ ਵੀ ਹੋਵੇ ਤੇ ਮਨ ਵਿੱਚ ਇੱਛਾ ਰੱਖੇ ਵੀ ਗੁਰੂ ਗ੍ਰੰਥ ਸਾਹਿਬ ਫਲਾਣੇ ਰੂਪ ਚ ਦਰਸ਼ਨ ਦੇਣ ਤੇ ਮਹਾਰਾਜ ਦੇ ਦਿੰਦੇ ਜੀ, ਇਹੋ ਜਿਹੀ ਗੱਲ ਨਹੀਂ ਹੈਗੀ। ਵੈਸੇ ਸਿੱਖ ਨੇ ਇਹੋ ਜਿਹੀ ਭਾਵਨਾ ਨਹੀਂ ਬਣਾਉਣੀ ਜੀ, ਸਿੱਖ ਨੇ ਤੇ ਮਹਾਰਾਜ ਜਿਹੋ ਜਿਹੇ ਹੈਗੇ ਉਹੋ ਜਿਹੇ ਦਰਸ਼ਨ ਕਰਨੇ ਗੁਰੂ ਜੀ ਦੇ ਜੀ। ਇਹ ਮਨ ਵਿੱਚ ਇਹੋ ਜਿਹੇ ਫੁਰਨੇ ਉਹ ਬਣਾਉਂਦੇ ਜਿਹਨਾਂ ਦੇ ਅੰਦਰ ਤਰਕ ਹੋਵੇ ਜੀ, ਤੇ ਸਿੱਖ ਤਰਕ ਹੀ ਹੁੰਦਾ ਨਹੀਂ, ਸਿੱਖ ਤੇ ਸ਼ਰਧਾ ਵਾਲਾ ਹੈਗਾ ਜੀ। ਹੁਣ ਆਮ ਸਿੱਖ ਬੈਠੇ ਉਹਨਾਂ ਨੂੰ ਤੇ ਗੁਰੂ ਹਰਿ ਰਾਏ ਸਾਹਿਬ ਉਵੇਂ ਹੀ ਵੇਖੇ ਜਿਹੋ ਜਿਹੇ ਹੈਗੇ ਜੀ, ਪਰ ਜਦੋਂ ਇਹ ਆਇਆ ਨਾ ਜੀ ਇਹਨੇ ਵੇਖਿਆ ਜਿਸ ਥਾਂ ਤੇ ਗੁਰੂ ਹਰਿ ਰਾਏ ਸਾਹਿਬ ਬੈਠਦੇ ਨੇ ਉੱਥੇ ਚਤੁਰਭੁਜ ਵਾਲੇ ਭਗਵਾਨ ਜੀ ਬੈਠੇ ਨੇ ਜੀ। ਇਹਨੂੰ ਉਹੋ ਜਿਹੇ ਦਰਸ਼ਨ ਹੋ ਗਏ ਜੀ ਗੁਰੂ ਹਰਿ ਰਾਏ ਸਾਹਿਬ ਦੇ, ਹਾਂਜੀ ਸ਼ੰਖ ਵਾਲੇ ਚੱਕਰ ਵਾਲੇ ਪਦਮ ਵਾਲੇ, ਇਹਨੂੰ ਉਹੋ ਜਿਹੇ ਦਰਸ਼ਨ ਹੋ ਗਏ ਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਜੀ। ਹਾਂਜੀ ਆਏ ਕਰਿਓ, ਆਏ ਕਰਿਓ ਦਰਸ਼ਨ ਅਬ ਐਸੇ ਆਨੰਦ ਨਿਗਮ ਨਾ ਤਨ ਸੁਧ ਕੈਸੇ। ਗੁਰਮੁਖੋ ਸੰਗਤ ਵਿੱਚ ਆਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਉਹੋ ਤੇ ਦਰਸ਼ਨ, ਸੋਹਣਾ ਰੂਪ ਉੱਤੇ ਮੁਕਟ ਲਾਇਆ ਜਿਹੋ ਜਿਹੇ ਚਿੱਤਰਾਂ ਚ ਦਰਸ਼ਨ ਕਰਦਾ ਰਿਹਾ ਸੀ, ਉਹੋ ਜਿਹੇ ਦਰਸ਼ਨ ਹੋ ਗਏ ਸੱਚੇ ਪਾਤਸ਼ਾਹ ਦੇ।
ਤੇ ਗੁਰਮੁਖੋ ਹਾ ਸਾਰੇ ਦਰਸ਼ਨਾਂ ਦਾ ਪ੍ਰਭਾਵ ਹਰ ਕੋਈ ਬੰਦਾ ਨੀਚੇ ਸਹਿ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਮੈਂ ਆਪ ਜੀ ਨੂੰ ਇੱਕ ਗੱਲ ਸੁਣਾ ਦਿਆਂ, ਹਜ਼ੂਰ ਸਾਹਿਬ ਦੀ ਗੱਲ ਹੈ, ਜਥੇਦਾਰ ਜੋਗਿੰਦਰ ਸਿੰਘ ਜੀ ਮੋਨੀ, ਹਾਂਜੀ, ਜਿਹੜੇ ਉੱਥੇ ਅੰਦਰ ਰਹੇ ਜੀ, ਬਹੁਤ ਸਮਾਂ ਸੇਵਾ ਕੀਤੀ ਜੀ ਉਹਨਾਂ ਨੇ। ਹਾਂਜੀ, ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਅੰਮ੍ਰਿਤ ਵੇਲੇ ਗਏ ਜੀ। ਤਖ਼ਤ ਸਾਹਿਬ ਦੇ ਅੰਦਰ ਜਿਹੜਾ ਮੇਨ ਅਸਥਾਨ ਹੈਗਾ ਨਾ ਜੀ, ਉੱਥੇ ਹਰ ਕੋਈ ਨਹੀਂ ਜਾ ਸਕਦਾ, ਉੱਥੇ ਇੱਕੋ ਹੀ ਬੰਦਾ ਜਾ ਸਕਦਾ ਪੂਰੀ ਦੁਨੀਆਂ ਵਿੱਚ ਜੀ। ਜਿੰਨਾ ਸੰਸਾਰ ਹੈ ਨਾ ਜੀ, ਪੂਰੇ ਸੰਸਾਰ ਵਿੱਚ ਉਸ ਕਮਰੇ 'ਚ ਇੱਕੋ ਹੀ ਸਿੱਖ ਜਾ ਸਕਦਾ, ਉਹ ਜਥੇਦਾਰ ਹੈਗਾ ਜੀ। ਜਥੇਦਾਰ ਨੇ ਹੀ ਅੰਦਰ ਜਾਣਾ ਜੀ। ਮੋਨੀ ਜੀ ਹੁਣੀ ਅੰਦਰ ਗਏ, ਮਨ ਵਿੱਚ ਕਿਤੇ ਫੁਰਨਾ ਬਣਾਇਆ ਸੀ ਵੀ ਮਹਾਰਾਜ ਇੰਨਾ ਚਿਰ ਹੋ ਗਿਆ ਸੇਵਾ ਕਰਦਿਆਂ, ਪ੍ਰਤੱਖ ਦਰਸ਼ਨ ਦੇ ਦੇਣ ਜੀ ਗੁਰੂ ਗੋਬਿੰਦ ਸਿੰਘ ਸਾਹਿਬ। ਫਿਰ ਮੈਂ ਬੇਨਤੀ ਕਰਾਂ, ਇਹ ਬੰਦੇ ਦੀ ਆਪੋ ਆਪਣੀ ਭਾਵਨਾ ਹੈਗੀ, ਅਸੀਂ ਕਿਸੇ ਦੀ ਭਾਵਨਾ ਨਹੀਂ ਛੇੜ ਸਕਦੇ ਜੀ, ਨਾ ਸਾਡੇ ਕੋਲ ਹੱਕ ਹੀ ਹੈਗਾ ਜੀ ਇਹ ਜੀ। ਜਦੋਂ ਅੰਦਰ ਗਏ, ਹਰ ਰੋਜ਼ ਉਹ ਦਾਤਣ ਰੱਖ ਕੇ ਆਉਂਦੇ ਸੀ ਅੰਦਰ, ਅਤੇ ਦਾਤਣ ਚਿੱਠੀ ਹੋਈ ਬਾਹਰ ਆਉਂਦੀ ਸੀਗੀ ਜੀ। ਹਾਂਜੀ, ਅੱਜ ਅੰਦਰ ਗਏ, ਵੇਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਅੰਦਰ ਦਾਤਣ ਕਰਨ ਦਏ ਜੀ। ਇਹ ਹੁਣ ਦੀਆਂ ਗੱਲਾਂ ਜੀ, ਆਪ ਦਾਤਣ ਕਰਨ ਦਏ, ਬਸ ਦਰਸ਼ਨ ਕਰਕੇ ਬਾਹਰ ਆ ਕੇ ਇੱਕੋ ਗੱਲ ਹੀ ਆਖਿਆ, ਇੰਨਾ ਨੂਰ ਹੈਗਾ, ਕਹਿਣ ਲੱਗੇ ਮੈਂ ਝੱਲ ਨਹੀਂ ਸਕਦਾ। ਕਹਿਣ ਲੱਗੇ ਬਾਹਰ ਆਏ, ਚੁੱਪ ਕਰਕੇ ਆ ਕੇ ਸਰੀਰ ਹੀ ਛੱਡ ਦਿੱਤਾ ਜੀ ਉਹਨਾਂ ਨੇ। ਕਹਿਣ ਲੱਗੇ ਇੰਨੇ ਸੋਹਣੇ ਦਰਸ਼ਨ ਹੋਏ, ਮੈਂ ਮਹਾਰਾਜ ਦੇ ਦਰਸ਼ਨਾਂ ਦਾ ਨੂਰ ਨਹੀਂ ਚੱਲ ਸਕਦਾ। ਕਹਿਣ ਲੱਗੇ ਜੀ, ਹਾਂਜੀ, ਸਾਰੇ ਦਰਸ਼ਨਾਂ ਦਾ ਨੂਰ ਬੰਦਾ ਨਹੀਂ ਚੱਲ ਸਕਦਾ। ਜਿਹੋ ਜਿਹੇ ਉਹਨੇ ਦਰਸ਼ਨ ਸੋਚੇ, ਗੁਰੂ ਹਰਿ ਰਾਏ ਸਾਹਿਬ ਨੇ ਉਹੋ ਜਿਹੇ ਦਰਸ਼ਨ ਜਦੋਂ ਦਿੱਤੇ, ਤੇ ਬਸ ਉੱਥੇ ਹੀ ਸੁੰਨ ਸਮਾਧੀ ਲੱਗ ਗਈ ਜੀ ਇਹਦੀ। ਸਰੀਰ ਦੀ ਕੋਈ ਸੁੱਧ ਬੁੱਧ ਨਾ ਰਹੀ ਜੀ, ਬਸ ਹਾਲੋਂ ਬੇਹਾਲ ਹੋ ਗਿਆ ਜੀ। ਹਾਂਜੀ, ਕਿਤਕ ਸਮੇਂ ਮੈਂ ਜਬ ਸੁਧ ਪਾਈ, ਹਾਂਜੀ, ਪਰਿਓ ਡੰਦ ਧਾਰ ਗੁਰ ਗਵਾਈ। ਕੁਝ ਸਮੇਂ ਬਾਅਦ ਜਦੋਂ ਉਸ ਭਗਵਾਨ ਗਿਰੀ ਨੂੰ, ਉਸ ਸੰਨਿਆਸੀ ਨੂੰ ਆਪਣੇ ਸਰੀਰ ਦੀ ਹੋਸ਼ ਆਈ, ਫਿਰ ਮਹਾਰਾਜ ਦੇ ਪਹਿਲੇ ਰੂਪ ਦੇ ਦਰਸ਼ਨ ਹੋਏ, ਜਿਸ ਰੂਪ ਚ ਮਹਾਰਾਜ ਬੈਠੇ ਸਨ ਜੀ। ਉਹ ਜਿਹੜੇ ਦਰਸ਼ਨ ਮਨ ਵਿੱਚ ਸੋਚੇ ਉਹ ਤੇ ਹੋ ਗਏ ਜੀ। ਇੰਨਾ ਆਨੰਦ ਆਇਆ, ਦਰਸ਼ਨਾਂ ਦਾ ਪ੍ਰਭਾਵ ਸਹਿ ਨਹੀਂ ਸਕਿਆ, ਤੇ ਫਿਰ ਗੁਰੂ ਹਰਿ ਰਾਏ ਸਾਹਿਬ ਨੂੰ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਮੱਥਾ ਟੇਕਿਆ ਜੀ ਇਹਨੇ ਜੀ। ਕਦ ਕੇ ਆਖੋ, ਇਹਨੂੰ ਕਹਿੰਦੇ ਡੰਡੌਤ ਕਰਨਾ ਜੀ, ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਮੱਥਾ ਟੇਕਣਾ ਜੀ। ਹਾਂਜੀ, ਕਈ ਸਿੱਖ ਵੇਖੇ ਉਹਨਾਂ ਜੀ ਐਂ ਸਿੱਧੇ ਲੰਮੇ ਪੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਜੀ, ਡੰਡੌਤ ਕਰਦੇ ਜੀ। ਫਿਰ ਉਹਨੇ ਡੰਡੌਤ ਕਰਕੇ ਗੁਰੂ ਹਰਿ ਰਾਏ ਸਾਹਿਬ ਨੂੰ ਮੱਥਾ ਟੇਕਿਆ। ਆਪਾਂ ਹੱਥ ਜੋੜ ਕੇ ਹੀ ਟੇਕ ਦਈਏ, ਆਖੋ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਹਾਂਜੀ, ਸਰਨ ਸਰਨ ਰੱਖੋ ਦੇ ਹੱਥ, ਉੱਚੀ ਉੱਚੀ ਕਹਿਣ ਲੱਗਾ ਮਹਾਰਾਜ ਮੈਨੂੰ ਬਚਾ ਲਓ, ਧੰਨ ਗੁਰੂ ਹਰਿ ਰਾਏ ਸਾਹਿਬ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਮੇਰੇ ਕੋਲੋਂ ਭੁੱਲ ਹੋ ਗਈ ਮਹਾਰਾਜ, ਮੈਂ ਐਵੇਂ ਹੀ ਮਨ ਵਿੱਚ ਸ਼ੰਕਾ ਉਠਾ ਲਿਆ। ਹਾਂਜੀ, ਮੁਝ ਅਨਾਥ ਕੇ ਕਰੋ ਸਨਾਥ, ਸੱਚੇ ਪਾਤਸ਼ਾਹ ਮੈਂ ਅਨਾਥ ਹੈਗਾ, ਕਿਰਪਾ ਕਰੋ ਮਹਾਰਾਜ ਮੇਰੇ ਨਾਥ ਬਣ ਜਾਓ, ਮੇਰੇ ਮਾਲਕ ਬਣ ਜਾਓ ਗੁਰੂ ਹਰਿ ਰਾਏ ਸਾਹਿਬ ਜੀ। ਹਾਂਜੀ, ਸਿੱਖ ਆਪਣੋ ਕੀਜਹਿ ਸਵਾਮੀ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ, ਤੁਹਾਨੂੰ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਹਾਂਜੀ, ਤੀਨ ਲੋਕ ਪਤ ਅੰਤਰ ਜਾਮੀ, ਸੱਚੇ ਪਾਤਸ਼ਾਹ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੈਗੇ, ਤੇ ਸੱਚੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਮਹਾਰਾਜ ਮਨ ਵਿੱਚ ਸ਼ੰਕਾ ਕੀਤਾ ਜੀ ਵੀ ਮੈਂ ਮੰਨਾਂਗਾ ਹੀ ਤਾਂ ਵੀ ਜੇ ਉਹੋ ਜਿਹੇ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਵਾਹਿਗੁਰੂ, ਤੇ ਸੱਚੇ ਪਾਤਸ਼ਾਹ ਤੇ ਸਮਰੱਥ ਹੈਗੇ, ਮਹਾਰਾਜ ਨੇ ਉਹੋ ਜਿਹੇ ਰੂਪ ਦੇ ਦਰਸ਼ਨ ਦੇ ਦਿੱਤੇ ਜੀ। ਹੁਣ ਦਾਵੇ ਕੰਨਾਂ ਨੂੰ ਹੱਥ, ਮਹਾਰਾਜ ਮੈਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਹਾਂਜੀ, ਦੀਨ ਦਿਆਲ ਹੈ ਬਿਰਧ ਤੁਮਾਰਾ, ਮਹਾਰਾਜ ਤੁਸੀਂ ਦੀਨ ਦਿਆਲੂ ਹੋ, ਤੁਹਾਡਾ ਸੁਭਾਅ ਜਿਹੜਾ ਉਹ ਬਖਸ਼ਿਸ਼ਾਂ ਕਰਨ ਵਾਲਾ ਹੈਗਾ। ਹਾਂਜੀ, ਭਾਵ ਸਾਗਰ ਤੇ ਲਹੋ ਉਧਾਰਾ, ਸੱਚੇ ਪਾਤਸ਼ਾਹ ਮੇਰੇ ਕੋਲੋਂ ਹੋ ਗਈ ਭੁੱਲ, ਮੈਨੂੰ ਭਵ ਸਾਗਰ ਤੋਂ ਹੁਣ ਤਾਰ ਲਓ ਸੱਚੇ ਪਾਤਸ਼ਾਹ, ਮੈਂ ਤੁਹਾਡੇ ਤੇ ਸ਼ੰਕਾ ਕੀਤਾ ਹੈ। ਗੱਜ ਕੇ ਆਖੋ ਵਾਹਿਗੁਰੂ, ਗੁਰਮੁਖੋ ਓਨਾ ਚਿਰ ਤੱਕ ਗੱਲ ਨਹੀਂ ਬਣੇਗੀ ਜਿੰਨਾ ਚਿਰ ਤੱਕ ਅੰਦਰੋਂ ਸ਼ੰਕਾ ਨਹੀਂ ਬੰਦੇ ਦਾ ਦੂਰ ਹੁੰਦਾ ਜੀ। ਕਈ ਵਾਰੀ ਬੰਦਾ ਕੋਲ ਬੈਠਾ ਸੌ ਸ਼ੰਕੇ ਬਣਾਉਂਦਾ ਰਹਿੰਦਾ ਜੀ। ਸਿੱਖ ਹੀ ਕਾਹਦਾ ਹੈਗਾ ਜਿਹੜਾ ਮਨ 'ਚ ਸ਼ੰਕਾ ਚੱਲਦਾ ਰਹੇ, ਸ਼ੰਕਾ ਪਾਲਟੀ ਸਿੱਖ ਨਹੀਂ ਬਣ ਸਕਦੀ ਜੀ। ਹਾਂਜੀ, ਸ਼ੰਕਾ ਕਹਿੰਦੇ ਸ਼ੱਕ ਕਰ ਲੈਣਾ ਜੀ, ਸੰਦੇਹ ਪੈਦਾ ਕਰ ਲੈਣਾ ਵੀ ਪਤਾ ਨਹੀਂ ਇਹੋ ਜਿਹੇ ਹੈਗੇ ਵੀ ਆ ਕੇ ਨਹੀਂ ਹੈਗੇ ਜੀ। ਜੋ ਸੁਣਿਆ ਬਸ ਉਹੋ ਜਿਹਾ ਭਰੋਸਾ ਕਰਕੇ ਲੱਗੇ ਰਹੋ, ਆਪੇ ਪ੍ਰਾਪਤੀ ਹੋ ਜਾਏਗੀ ਜੀ।
ਸ਼ੰਕਾ ਕਰ ਲਿਆ ਬਹੁਤ ਜ਼ਿਆਦਾ ਸ਼ਰਧਾ ਹੋਵੇ ਜੀ ਅਤੇ ਕਾਂਜੀ ਦੀ ਛਿੱਟ ਪੈ ਜੇ ਬਹੁਤ ਜ਼ਿਆਦਾ ਦੁੱਧ ਹੋਵੇ ਜੀ ਅਤੇ ਕਾਂਜੀ ਦੀ ਛਿੱਟ ਪੈ ਜੇ ਅਤੇ ਸਾਰਾ ਦੁੱਧ ਹੀ ਖਰਾਬ ਹੋ ਜਾਂਦਾ ਜੀ ਬਸ ਇਸੇ ਤਰ੍ਹਾਂ ਸ਼ਰਧਾ ਤਾਂ ਬਹੁਤ ਜ਼ਿਆਦਾ ਹੋਵੇ ਜੀ ਬਸ ਕਿੰਤੂ ਮਨ ਵਿੱਚ ਪੈਦਾ ਹੋਇਆ ਨਹੀਂ ਅਤੇ ਬੰਦੇ ਦਾ ਕੰਮ ਖਰਾਬ ਹੋਇਆ ਨਹੀਂ ਜੀ ਕਿੰਤੂ ਪੈਦਾ ਹੋ ਗਿਆ ਜੀ ਆਹ ਕਿਵੇਂ ਹੋ ਗਿਆ ਕਿਉਂ ਹੋ ਗਿਆ ਜੀ ਕਿੰਤੂ ਪਰੰਤੂ ਕਰਨ ਵਾਲੀ ਪਾਲਟੀ ਕੁਛ ਨਹੀਂ ਚ ਪ੍ਰਾਪਤ ਕਰ ਸਕਦੀ ਜੀ ਤੁਸੀਂ ਸੁਣਿਆ ਗੁਰਮੁਖ ਜਿਨ੍ਹਾਂ ਨੇ ਇਤਿਹਾਸ ਵਿੱਚ ਸਤ ਬਚਨ ਕਰਕੇ ਹੱਥ ਜੋੜਿਆ ਭਾਵੇਂ ਮੁਸਲਮਾਨ ਹੀ ਸੀ ਬੜੇ ਬੜੇ ਵੱਡੇ ਬ੍ਰਹਮ ਗਿਆਨੀ ਬਣ ਗਏ ਜੀ ਹਾਂਜੀ ਅਤੇ ਜਿਹੜੇ ਕਿੰਤੂ ਪਰੰਤੂ ਵਾਲੀ ਪਾਲਟੀ ਘਸੁੰਨ ਵੱਜਦਾ ਰਿਹਾ ਜੀ ਉਹਨਾਂ ਨੂੰ ਬੁਰਾ ਨਹੀਂ ਫਿਰਦੀ ਹਾਂਜੀ ਕਿੰਤੂ ਪਰੰਤੂ ਵਾਲੇ ਪ੍ਰਾਪਤੀ ਨਹੀਂ ਕਰਦੇ ਜੀ ਹੁਣ ਇਹ ਕਿੰਤੂ ਪਰੰਤੂ ਸੀ ਮਨ ਵਿੱਚ ਜੀ ਜਦੋਂ ਇਹ ਦਰਸ਼ਨ ਅਤੇ ਰੂਪ ਦਾ ਪ੍ਰਭਾਵ ਨਾ ਸਹਿ ਸਕਿਆ ਮੁਆਫੀਆਂ ਮੰਗੀਆਂ ਇਹਨੇ ਗੁਰੂ ਅਰਜਨ ਸਾਹਿਬ ਕੋਲੋਂ ਹਾਂਜੀ ਬੇਸ ਪਲਟ ਗੁਰਵਾਕ ਸੁਣਾਇਓ ਮਹਾਰਾਜ ਨੇ ਬੇਸ ਪਲਟ ਕੇ ਰੂਪ ਪਹਿਲਾਂ ਧਾਰਨ ਕਰਕੇ ਸੱਚੇ ਪਾਤਸ਼ਾਹ ਨੇ ਅੱਗੋਂ ਇਹ ਬਚਨ ਕਿਹਾ ਜੀ ਹਾਂਜੀ ਹਰ ਦਰਸ਼ਨ ਤੁਮ ਹੇਠਾਂ ਪਾਇਓ ਮਹਾਰਾਜ ਕਹਿੰਦੇ ਭਗਵਾਨ ਜੀ ਗਿਰੀ ਜੀ ਕਹਿਣ ਲੱਗੇ ਸੰਨਿਆਸੀ ਜੀ ਜਿਹੋ ਜਿਹੇ ਦਰਸ਼ਨ ਤੁਸੀਂ ਮੰਗੇ ਤੁਹਾਨੂੰ ਮਿਲ ਗਏ ਕਹਿਣ ਲੱਗੇ ਹਾਂਜੀ ਸ਼੍ਰੀ ਚੰਦ ਗੁਰੂ ਨਾਨਕ ਨੰਦ ਮਹਾਰਾਜ ਨੇ ਆਪਣੇ ਕੋਲ ਨਹੀਂ ਰੱਖਿਆ ਜਿਹੜੀ ਕਿੰਤੂ ਪਰੰਤੂ ਵਾਲੀ ਪਾਲਟੀ ਹੈ ਨਾ ਜੀ ਇਹਨਾਂ ਨੂੰ ਜਦੋਂ ਇੱਕ ਵਾਰੀ ਠੋਕਰ ਲੱਗ ਜੇ ਫਿਰ ਸਹੀ ਹੁੰਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਅੱਗੇ ਜਾਓ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੋਏ ਨੇ ਬਾਬਾ ਸ਼੍ਰੀ ਚੰਦ ਜੀ ਹਾਂਜੀ ਤਿੰਨ ਅਨੁਕੰਪਾ ਕੀਨ ਬਿਲੰਦ ਉਹਨਾਂ ਬੜੀ ਵੱਡੀ ਕਿਰਪਾ ਕੀਤੀ ਹੈ ਨਾਲੇ ਉਹਨਾਂ ਦਾ ਵੀ ਜਿਹੜਾ ਮਤ ਹੈ ਉਦਾਸੀ ਮਤ ਹੈ ਸੰਨਿਆਸੀ ਮਤ ਹੈ ਤੁਸੀਂ ਉਹਨਾਂ ਦੇ ਕੋਲ ਚਲ ਜਾਓ ਹਾਂਜੀ ਮਿਹਰ ਚੰਦ ਪਰਸੋ ਅਬ ਤਹਾਂ ਸ਼੍ਰੀ ਚੰਦ ਜੀ ਤੇ ਸਰੀਰ ਤਿਆਗ ਕੇ ਕਹਿਣ ਲੱਗੇ ਉਹਨਾਂ ਦੀ ਥਾਂ ਤੇ ਬਾਬਾ ਮੇਹਰ ਚੰਦ ਜੀ ਉਹਨਾਂ ਦੀ ਥਾਂ ਤੇ ਬੈਠੇ ਨੇ ਹਾਂਜੀ ਬੇਦੀ ਬੰਸ਼ ਵਿਖੇ ਜਸ ਮਹਾ ਬੇਦੀ ਕੁੱਲ ਵਿੱਚੋਂ ਨੇ ਹੁਣ ਤੁਸੀਂ ਜਾਓ ਤੇ ਉਧਰ ਚੱਲ ਜਾਓ ਕਹਿਣ ਲੱਗੇ ਉਥੋਂ ਜਾ ਕੇ ਉਪਦੇਸ਼ ਲਵੋ ਗੱਜ ਕੇ ਆਖੋ ਉਹ ਬਸ ਉਹ ਕਿੰਤੂ ਪਰੰਤੂ ਵਾਲਿਆਂ ਨੂੰ ਪਹਿਲਾਂ ਮਹਾਰਾਜ ਨੇ ਗਾਂਹ ਤੋਰਿਆ ਜੀ ਵੀ ਅੱਗੇ ਚੱਲੋ ਹਾਂਜੀ ਗੁਰਮੁਖੋ ਜਿਹੋ ਜਿਹਾ ਬੰਦਾ ਅਧਿਕਾਰੀ ਹੋਵੇ ਉਹਨੂੰ ਉਪਦੇਸ਼ ਵੀ ਉਹੋ ਜਿਹਾ ਹੀ ਦਿੱਤਾ ਜਾਂਦਾ ਜੀ ਤੁਸੀਂ ਬਾਬਾ ਫੇਰੂ ਜੀ ਦੀ ਕਥਾ ਸੁਣੀ ਜੀ ਇੱਕੋ ਦੇਣੀ ਬਾਬਾ ਫੇਰੂ ਜੀ ਆਏ ਤੇ ਮਹਾਰਾਜ ਨੇ ਉਦਣ ਹੀ ਲੰਗਰ ਦੀ ਜਥੇਦਾਰੀ ਦੇ ਦਿੱਤੀ ਜੀ ਉਹਨਾਂ ਨੂੰ ਜੀ ਉਦਣ ਹੀ ਜਥੇਦਾਰ ਥਾਪਦਾ ਜੀ ਇਹਨਾਂ ਨੂੰ ਗਾਂਹ ਤੋਰਤਾ ਸੱਚੇ ਪਾਤਸ਼ਾਹ ਨੇ ਮਹਾਰਾਜ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਦੇ ਗਾਂਹ ਬਾਬਾ ਮੇਹਰ ਚੰਦ ਜੀ ਬੈਠੇ ਨੇ ਤੁਸੀਂ ਉੱਥੇ ਜਾਓ ਕਹਿਣ ਲੱਗੇ ਹਾਂਜੀ ਤਿੰਨਕਾ ਮਿਲਹੋ ਸੋ ਪੂਰਹਿ ਆਸਾ ਰੱਬ ਨੂੰ ਮਿਲਣਾ ਚਾਹੁੰਦੇ ਹੋ ਨਾ ਕਹਿਣ ਲੱਗੇ ਤੁਸੀਂ ਉੱਥੇ ਜਾਓ ਉਹ ਤੁਹਾਡੀ ਕਾਮਨਾ ਪੂਰੀ ਕਰ ਦੇਣਗੇ ਹਾਂਜੀ ਦਰਸੋ ਜਾਏ ਧਰੋ ਵਿਸਵਾਸਾ ਕਹਿਣ ਲੱਗੇ ਉੱਥੇ ਜਾ ਕੇ ਸ਼ੰਕਾ ਨਾ ਕਰਿਓ ਵਿਸ਼ਵਾਸ ਧਰਕੇ ਬੈਠ ਜਿਓ ਕੁਛ ਨਾ ਕੁਛ ਮਿਲ ਜੇਗਾ ਤੁਹਾਨੂੰ ਹਾਂਜੀ ਇਹ ਠਾਂ ਉਹ ਠਾਂ ਭੇਦ ਨਾ ਕਹੋ ਤੇ ਨਾਲ ਗੁਰੂ ਹਰ ਰਾਏ ਸਾਹਿਬ ਨੇ ਕਹਿ ਦਿੱਤਾ ਮਹਾਰਾਜ ਕਹਿੰਦੇ ਇੱਥੇ ਤੇ ਉੱਥੇ ਭੇਦ ਕੋਈ ਨਹੀਂ ਹੈਗਾ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ ਉਹਨਾਂ ਦੀ ਉਹ ਥਾਂ ਹੈ ਉੱਥੇ ਜਾਓ ਕਈ ਵਾਰੀ ਅੱਧੀ ਕੁ ਸਾਖੀ ਸੁਣ ਕੇ ਮਨ 'ਚ ਤੁਹਾਡੇ ਵੀ ਸ਼ੰਕਾ ਪੈਦਾ ਹੋ ਸਕਦਾ ਜੀ ਆਹ ਕੀ ਮਹਾਰਾਜ ਨੂੰ ਤੇ ਉਪਦੇਸ਼ ਦੇ ਦੇਣਾ ਚਾਹੀਦਾ ਸੀ ਪਰ ਮਹਾਰਾਜ ਅਜੇ ਇਹਦੇ ਅੰਦਰ ਪੂਰੀ ਸ਼ਰਧਾ ਪੈਦਾ ਕਰਨਾ ਚਾਹੁੰਦੇ ਪੂਰੀ ਸ਼ਰਧਾ ਜੀ ਹਾਂਜੀ ਇੱਕ ਹੈ ਰੂਪ ਜਾਣੀਐ ਦੋ ਹਾਂਜੀ ਤਬ ਭਗਵਾਨ ਦੇਹੁਰੇ ਗਇਓ ਉਹ ਜਿਹੜਾ ਭਗਵਾਨ ਗਿਰ ਆਇਆ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਸੁਣ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦੇਹਰੇ ਵਾਲੇ ਅਸਥਾਨ ਤੇ ਗਿਆ ਜੀ ਹਾਂਜੀ ਮਿਹਰ ਚੰਦ ਪਗ ਪਰਸਤ ਭਇਓ ਉੱਥੇ ਅੱਗੋਂ ਬੈਠੇ ਸਨ ਉਦਾਸੀ ਮਤ ਨੂੰ ਧਾਰਨ ਕਰਕੇ ਬਾਬਾ ਮੇਹਰ ਚੰਦ ਜੀ ਉਹ ਭਗਵਾਨ ਦਾਸ ਬਾਬਾ ਮੇਹਰ ਚੰਦ ਜੀ ਦੇ ਕੋਲ ਗਿਆ ਮਿਲ ਕਰ ਭੇਸ ਉਦਾਸੀ ਲੀਨ ਤੇ ਬਾਬਾ ਮੇਹਰ ਚੰਦ ਜੀ ਨੂੰ ਦੱਸਿਆ ਵੀ ਮੈਨੂੰ ਗੁਰੂ ਜੀ ਨੇ ਭੇਜਿਆ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਨੂੰ ਪਤਾ ਸੀ ਵੀ ਸੱਚੇ ਪਾਤਸ਼ਾਹ ਕੋਲ ਤੇ ਜਿਹੜਾ ਜਾਏ ਉੱਥੇ ਨਿਹਾਲ ਹੋ ਜਾਂਦਾ ਕੋਈ ਨਾ ਕੋਈ ਗੱਲ ਵਰਤੀ ਹੈ ਇਹਦੇ ਨਾਲ ਜੀ ਬਾਬਾ ਜੀ ਨੇ ਚਲੋ ਉਹਨੂੰ ਆਪਣਾ ਉਦਾਸੀ ਮਤ ਦਾ ਉਪਦੇਸ਼ ਦੇ ਦਿੱਤਾ ਜੀ ਹਾਂਜੀ ਸਤਨਾਮ ਕੋ ਮੰਤਰ ਸੋ ਦੀਨ ਤੇ ਸਤਨਾਮ ਦਾ ਮੰਤਰ ਦੇ ਦਿੱਤਾ ਜੀ ਵੀ ਆਹ ਜਪਿਆ ਕਰ ਆਹ ਮੰਤਰ ਦਾ ਜਾਪ ਕਰ ਤੇਰਾ ਭਲਾ ਹੋ ਜਾਏਗਾ ਹਾਂਜੀ ਭਗਤ ਭਗਵਾਨ ਨਾਮ ਤਬ ਧਰਿਓ ਉਹਨੇ ਉਹਨਾਂ ਕਿਹਾ ਵੀ ਭਗਵਾਨ ਗਿਰੀ ਨੀ ਹੁਣ ਤੇਰਾ ਨਾਮ ਹੈਗਾ ਹੁਣ ਤੇਰਾ ਨਾਮ ਹੈਗਾ ਭਗਤ ਭਗਵਾਨ
भगत भगवान अज तो बाद तेरा नाम है ते तू अज तो बाद उदासी मत का उपदेश दिया कर गज के आखो वाहेगुरु। हुण एक गल सोचो संगत जी, तुसी सच्चे पातशाह ते कोल आया जी। हाँ जी महाराज सच्चे पातशाह दे दर्शन भी हो गए ते गुरु हर राय साहब नाल गलबात भी हो गई खुद रब नाल जी, पर अजे ओने कर्म नहीं सी बने जी। हाँ जी इन्ने कर्म नहीं सी बने सिखी वाले जी, ते सच्चे पातशाह ने गां तोड़ दिता जी। एक गल पक्की चेता च रखो, जदों बंदे दे भाग पूरे पूरे बनते जी फिर बंदा गुरु की सिखी वाले पासे आता जी, फिर बंदा आता जी। जिन्ना चिर तक बंदे दे भाग नहीं देंदे साथ होर बन्ने ते बंदा तुरिया रहेगा जी, पर सिखी वाली गल नहीं बनेगी जी। हाँ जी सिखी वाली गल उदों बनेगी जदों सारे भाग कट्ठे हो के मिल जाणगे जी। हाँ जी अजे भाग पूरे नहीं बने जी, अजे ओ उदासी बन गया जी जाके। हाँ जी ले आ गया पुन जग मैं फिरयो, आ गया लैके बड़ी दूर दूर भगत भगवान चले गया जी। हाँ जी विचरत जिसी देश को जाए, जिस देश विच ओ जांदा सी। हाँ जी गुरु मार्ग उपदेश दृढ़ाए, अपना मार्ग दसदा सी उदासी मत दसदा सी, जेड़ा ओदे गुरु ने उन्नु मंत्र दिता उस मंत्र दा जाप करके दूजियां नूं देण दा जतन करदा सीगा जी। हां जी रुचकर लोक मिले तिस नाही, पर हुण करे की गज के आखो वाहिगुरु। वाहिगुरु ओ लोकां नूं उपदेश ते दवे जी, पर लोक रुचि दे नाल उहदा उपदेश ना लैण जी। हुण अगों कोई बंदा बोली जाए ते कोई रुचि ना सुणे ही ना। हां जी ते बंदा फिर दुखी हो जांदा जी, लोग ओहदे वल ध्यान ही ना देण जी, बड़ा तुरिया फिरे इधर। लोगों मेरे को सतनाम हैगा मंत्र हैगा मेरे को मंत्र लै लो, पर लोग ओहदे वल ध्यान ही ना देण जी। हां जी देखत अचरज होवे मन माही, ओ बड़ा हैरान होया कहन लगा हद होगी मैं रब दे रस्ते ते चलन आ लोगों नूं उपदेश देने आ ते मेरी कोई गल ही नहीं सुनदा, मैं लोगों नूं उपदेश देना मेरे को उपदेश ही नहीं कोई लैंदा। गुरमुख उपदेश भी लोग ओहदा सुनदे जिथे पूरे गुरु दा पिछे हथ होवे जी। हां जी ओना चिर नीचे गल बनदी जी, बंदा लख अपने तौर ते जतन करदा फिरे इन्हां दी कृपा होवे तां सारा कुछ हुंदा। जोड़ो दोवें हथ ते आखो धन गुरु ग्रंथ साहिब जी महाराज, धन श्री गुरु ग्रंथ साहिब जी महाराज। इह कृपा दृष्टि कर देण फिर गल बनदी जी। हां जी ओह बथेरा लोकां नूं उपदेश दवे उदासी मत दा, पर कोई उपदेश ना लवे जी ओदा। हां जी बहुत स्थान फिर अकलायो, इधर उधर जाके जदों ने वेख्या भी मेरी ते गल ही नहीं बनदी, मेरे वल तो ध्यान ही नहीं कोई वेखदा, ध्यान ना वेखदा ही नहीं, ਉਹ ਵਿਚਾਰਾ ਕੁਮਲਾ ਗਿਆ ਜੀ ਭਗਤ ਭਗਵਾਨ। ਹਾਂਜੀ ਬਾਬੇ ਮਿਹਰ ਚੰਦ ਟਿਕ ਆਇਓ, ਹਾਰ ਕੇ ਘੁੰਮ ਕੇ ਫਿਰ ਬਾਬਾ ਮਿਹਰ ਚੰਦ ਜੀ ਦੇ ਕੋਲ ਆਇਆ ਜਿਹਦੇ ਕੋਲ ਉਹਨੇ ਉਪਦੇਸ਼ ਲਿਆ ਸੀ ਜੀ। ਹਾਂਜੀ ਜਗਤ ਬਿਰਤੰਤ ਸੁਣਾਵਨ ਕੀਨ, ਉਹਨੇ ਜਗਤ ਦਾ ਹਾਲ ਦੱਸਿਆ ਜਾ ਕੇ। ਹਾਂਜੀ ਨਹਿ ਉਪਦੇਸ਼ ਮੋਹਿ ਕਿਸ ਲੀਨ, ਕਹਿਣ ਲੱਗਾ ਬਾਬਾ ਜੀ ਗੁਰੂ ਜੀ ਮੈਂ ਆਸੇ ਪਾਸੇ ਬੜਾ ਗਿਆ ਮੇਰੀ ਤੇ ਲੋਕੀ ਗੱਲ ਹੀ ਨਹੀਂ ਸੁਣਦੇ। ਕਹਿਣ ਲੱਗਾ ਹਰ ਇੱਕ ਧਾਰਮਿਕ ਬੰਦੇ ਨੂੰ ਆਸ ਹੁੰਦੀ ਵੀ ਮੇਰਾ ਸਤਿਕਾਰ ਹੋਵੇ, ਜੋ ਮੈਂ ਆਖਾਂ ਲੋਕ ਮੇਰੀ ਗੱਲ ਧਿਆਨ ਨਾ ਸੁਣਨ। ਕਹਿਣ ਲੱਗਾ ਲੋਕ ਮੇਰੀ ਗੱਲ ਹੀ ਨਹੀਂ ਧਿਆਨ ਨਾ ਸੁਣਦੇ। ਹਾਂਜੀ ਸਤਿਗੁਰ ਕੀ ਮਹਿਮਾ ਕੋ ਜਾਣੈ, ਹਾਂਜੀ ਗੁਰਬਾਣੀ ਪਰ ਨਿਸ਼ਚਾ ਠਾਣੈ। ਲੋਕੀ ਬਾਬਾ ਮਿਹਰ ਚੰਦ ਜੀ ਕਹਿੰਦੇ ਵੀ ਲੋਕੀ ਕੀ ਬੋਲਦੇ ਅੱਗੋਂ, ਕਹਿੰਦਾ ਜਿੱਥੇ ਮੈਂ ਆਪਣਾ ਜਾ ਕੇ ਮੰਤਰ ਦੇਣਾ ਲੋਕ ਅੱਗੋਂ ਮੈਨੂੰ ਗੁਰਬਾਣੀ ਦਾ ਪਾਠ ਸੁਣਾਉਂਦੇ ਨੇ। ਕਹਿਣ ਲੱਗਾ ਲੋਕੀ ਨੀ ਮੇਰਾ ਮੰਤਰ ਲੈਂਦੇ, ਲੋਕੀ ਤੇ ਅੱਗੋਂ ਸੁਣਾਉਂਦੇ ਗੁਰਬਾਣੀ ਤੇ ਸਤਿਗੁਰ ਕੀ ਮਹਿਮਾ ਕੋ ਜਾਣੈ। ਉਹ ਜਿਹਦੇ ਨਾਲ ਗੱਲ ਕਰੀਏ ਉਹ ਅੱਗੇ ਕਹਿੰਦਾ ਮੈਂ ਤੇ ਅੱਗੇ ਗੁਰੂ ਘਰ ਦਾ ਸਿੱਖ ਹੈਗਾ, ਮੈਂ ਨੀ ਇਹ ਮਤ ਲੈਣੀ, ਤੈਨੂੰ ਤੇਰੀ ਮਤ ਮਨਜ਼ੂਰ ਹੈ, ਅਸੀਂ ਤੇ ਗੁਰਬਾਣੀ ਦਾ ਪਾਠ ਕਰਦੇ, ਗੁਰਬਾਣੀ ਸਾਡੇ ਲੋਕ ਪ੍ਰਲੋਕ ਚ ਸਾਡਾ ਭਲਾ ਕਰਦੀ ਹੈ। ਹਾਂਜੀ ਮਿਹਰ ਚੰਦ ਤਬ ਕਹਿਓ ਸੁਣਾਏ, ਤੇ ਮਿਹਰ ਚੰਦ ਜੀ ਨੂੰ ਪਤਾ ਹੀ ਅੰਦਰੋਂ ਗੱਲ ਦਾ ਵੀ ਇਹ ਉੱਥੇ ਇਹਨੇ ਸ਼ੰਕਾ ਕੀਤਾ ਹੋਏਗਾ ਜੀ, ਉੱਥੇ ਜਾ ਕੇ ਗੁਰੂ ਘਰ ਵਿੱਚ ਵੀ ਇਹਨੇ ਕੋਈ ਨਾ ਕੋਈ ਸ਼ੰਕਾ ਰੱਖਿਆ ਹੋਏਗਾ, ਤਾਂਹੀਓ ਗੁਰੂ ਸਾਹਿਬ ਨੇ ਇੰਨਾ ਘੁਮਾਇਆ ਜੀ ਉਹਨੂੰ ਜੀ। ਹਾਂਜੀ ਬਾਬਾ ਮਿਹਰ ਚੰਦ ਜੀ ਨੂੰ ਮਨ ਵਿੱਚ ਪਤਾ ਲੱਗ ਗਿਆ ਵੀ ਜਿਹੜੀ ਗੱਲ ਇਹਦੇ ਮਨ ਵਿੱਚ ਉਦੋਂ ਨਹੀਂ ਸੀ ਨਾ ਪੈਦਾ ਹੋਈ,
ਹੁਣ ਲੋਕਾਂ ਦੇ ਮੁੱਖੋਂ ਸੁਣ ਸੁਣ ਪੈਦਾ ਹੋ ਗਈ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਅਤੇ ਗੁਰਬਾਣੀ ਪੜ੍ਹ ਕੇ ਹੀ ਸਾਡਾ ਲੋਕ ਪ੍ਰਲੋਕ ਵਿੱਚ ਭਲਾ ਹੁੰਦਾ ਹੈ। ਬਾਬਾ ਮੇਹਰ ਚੰਦ ਜੀ ਨੇ ਅੱਗੋਂ ਫਿਰ ਉਹਨੂੰ ਇਹ ਗੱਲ ਦੱਸੀ ਜੀ ਸੰਨਿਆਸੀ ਜੋਗੀ ਨੂੰ। ਹਾਂਜੀ ਭਗਤ ਭਗਵਾਨ ਗਮ ਹੋ ਤੇ ਸਥਾਏ, ਉਹ ਕਹਿਣ ਲੱਗਾ ਫਿਰ ਭਗਤ ਭਗਵਾਨ ਮੇਰੀ ਗੱਲ ਧਿਆਨ ਨਾਲ ਸੁਣ, ਜਿਸ ਥਾਂ ਤੋਂ ਤੂੰ ਆਇਆ ਨਾ ਤੂੰ ਉਸੇ ਥਾਂ ਤੇ ਵਾਪਸ ਚਲ ਜਾ। ਕਹਿਣ ਲੱਗੇ ਹਾਂਜੀ ਜਿਨ ਢਿੱਗ ਗੁਰ ਤਾਰਹਿ ਪ੍ਰਕਾਸ਼, ਸਾਡੀਆਂ ਸਾਰੀਆਂ ਬਖਸ਼ਿਸ਼ਾਂ ਗੁਰੂ ਘਰ ਵਿੱਚ ਹੀ ਵਰਤਦੀਆਂ। ਕਹਿਣ ਲੱਗੇ ਗੁਰੂ ਘਰ ਜ਼ਿਆਦਾ ਮਹਾਨ ਹੈ ਅਤੇ ਜਿਸ ਥਾਂ 'ਤੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਵਿਚਰ ਰਹੀ ਤੂੰ ਉੱਥੇ ਜਾ। ਕਹਿਣ ਲੱਗੇ ਹਾਂਜੀ ਸੋ ਪੂਰੇਂਗੇ ਤੁਮਰੀ ਆਸ, ਉਹ ਤੇਰੀ ਆਸਾ ਪੂਰੀ ਕਰਨਗੇ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਭਾਈ ਵੀਰ ਸਿੰਘ ਜੀ ਆਪਣੀ ਗੱਲ ਦੱਸਦੇ, ਗੁਰਮੁਖੋ ਬੜੇ ਬੜੇ ਵੱਡੇ ਬੰਦੇ ਗੁਰੂ ਸਾਹਿਬ ਦੇ ਘਰ ਪ੍ਰਤੀ ਅਤੇ ਗੁਰੂ ਪ੍ਰਤੀ ਸ਼ੰਕਾ ਪੈਦਾ ਕਰ ਲੈਂਦੇ ਜੀ, ਸ਼ੱਕ ਪੈਦਾ ਹੋ ਜਾਂਦਾ ਮਨ ਵਿੱਚ। ਸਾਧ ਸੰਗਤ ਜੀ, ਭਾਈ ਵੀਰ ਸਿੰਘ ਜੀ ਆਪਣੀ ਲਿਖਤ ਵਿੱਚ ਲਿਖਦੇ ਜੀ, ਉਹ ਕਹਿੰਦੇ ਵੀ ਮੈਂ ਦਰਬਾਰ ਸਾਹਿਬ ਪਰਿਕਰਮਾ 'ਚ ਬੈਠਾ ਵਾਹਿਗੁਰੂ ਸ਼ਬਦ ਦਾ ਅਭਿਆਸ ਕਰ ਰਿਹਾ ਸਾਂ, ਦੋ ਬੰਦੇ ਪਰਿਕਰਮਾ 'ਚ ਬੈਠੇ ਗੱਲਾਂ ਕਰੀ ਜਾਣ ਜੀ, ਮੈਨੂੰ ਅਜੇ ਇੰਨੀ ਸੋਝੀ ਨਹੀਂ ਸੀ। ਮੈਂ ਉਹਨਾਂ ਨੂੰ ਦਬਕਾ ਮਾਰ ਕੇ ਆਖਿਆ, ਬੇਨਤੀ ਕੀਤੀ ਵੀ ਦਰਬਾਰ ਸਾਹਿਬ ਗੱਲਾਂ ਕਰਨਾ ਹੀ ਤਾਂ, ਚੁੱਪ ਕਰਕੇ ਕੀਰਤਨ ਸੁਣੋ ਜਾਂ ਵਾਹਿਗੁਰੂ ਬੋਲੋ। ਉਹ ਬੰਦੇ ਤੇ ਉੱਠ ਕੇ ਉੱਥੋਂ ਚਲੇ ਗਏ ਤੇ ਉਹ ਕਹਿਣ ਲੱਗੇ ਵੀ ਮੇਰੇ ਅੰਦਰ ਜਿਹੜਾ ਵਾਹਿਗੁਰੂ ਸ਼ਬਦ ਦਾ ਰਸ ਬਣਦਾ ਸੀ ਨਾ ਉਹ ਨਾ ਬਣੇ ਜੀ, ਮੈਂ ਤੇ ਦੁਖੀ ਹੋ ਗਿਆ। ਭਾਈ ਵੀਰ ਸਿੰਘ ਜੀ ਕਹਿੰਦੇ ਮੈਂ ਉਸੇ ਵੇਲੇ ਆਪਣੇ ਉਸਤਾਦ ਕੋਲ ਗਿਆ ਜੀ, ਉਸਤਾਦ ਨੂੰ ਦੱਸਿਆ ਵੀ ਉਹ ਜਿਹੜਾ ਆਨੰਦ ਪਹਿਲਾਂ ਵਾਹਿਗੁਰੂ ਬੋਲਦਿਆਂ ਆਉਂਦਾ ਸੀ ਹੁਣ ਉਹ ਆਨੰਦ ਨਹੀਂ ਆਉਂਦਾ। ਉਸਤਾਦ ਨੇ ਕਿਹਾ ਕਿੱਥੇ ਬਹਿ ਕੇ ਕਰਦਾ? ਕਹਿਣ ਲੱਗੇ ਜੀ ਦਰਬਾਰ ਸਾਹਿਬ ਪਰਿਕਰਮਾ 'ਚ। ਹੁਣ ਉਹ ਇੱਕ ਜੋੜਨ ਦਾ ਤਰੀਕਾ ਹੁੰਦਾ, ਸ਼ਰਧਾ ਬਣਾਉਣੀ ਹੁੰਦੀ ਜੀ। ਕਹਿਣ ਲੱਗੇ ਐ ਤਾਂ ਕਰ, ਕੁਝ ਦਿਨ ਤੂੰ ਬਾਗ ਵਿੱਚ ਬਹਿ ਕੇ ਵਾਹਿਗੁਰੂ ਜਪ ਜੀ। ਉਹ ਬਾਗ ਵਿੱਚ ਚਲੇ ਜਾਣ ਜੀ, ਬਾਗ ਵਿੱਚ ਜਾ ਕੇ ਜਪਿਆ ਕਰਨ ਵਾਹਿਗੁਰੂ। ਉਹ ਜਿਹੜਾ ਰਸ ਗਵਾਚ ਗਿਆ ਸੀ ਨਾ ਗੁਰੂ ਦੀ ਕਿਰਪਾ ਨਾਲ ਉਹ ਰਸ ਫਿਰ ਆ ਗਿਆ ਜੀ, ਵਾਪਸ ਆ ਗਿਆ। ਫਿਰ ਲਗਾਤਾਰ ਕਈ ਦਿਨ ਹੋ ਗਏ ਅਭਿਆਸ ਕਰਦਿਆਂ, ਮਨ ਵਿੱਚ ਫਿਰ ਸ਼ੰਕਾ ਬਣ ਗਿਆ ਜੀ, ਕਰਕੇ ਆਖੋ ਵਾਹਿਗੁਰੂ। ਬੇਨਤੀ 'ਚ ਬੜੇ ਬੜੇ ਚੰਗੇ ਬੰਦੇ ਸ਼ੱਕ ਕਰ ਬੈਂਦੇ ਜੀ, ਬੜੇ ਬੜੇ ਚੰਗੇ ਬੰਦੇ ਸ਼ੰਕਾ ਦੀ ਲਪੇਟ ਵਿੱਚ ਆ ਜਾਂਦੇ ਜੀ। ਮਨ ਵਿੱਚ ਫਿਰ ਸ਼ੰਕਾ ਆ ਗਿਆ ਕੀ, ਕਹਿਣ ਲੱਗੇ ਐਵੇਂ ਜਾ ਕੇ ਦਰਬਾਰ ਸਾਹਿਬ ਨਾਮ ਜਪਦਾ ਰਿਹਾ ਇੰਨਾ ਚਿਰ, ਆਹ ਤੇ ਬਾਗ ਵਿੱਚ ਹੀ ਬੜਾ ਰਸ ਹੈਗਾ ਜੀ। ਮਨ ਵਿੱਚ ਇਹ ਸ਼ੰਕਾ, ਇਹਦਾ ਮਤਲਬ ਦਰਬਾਰ ਸਾਹਿਬ ਦੀ ਵੈਲਿਊ ਘੱਟ ਗਈ ਨਾ ਜੀ ਅਤੇ ਬਾਗ ਦੀ ਵੈਲਿਊ ਜ਼ਿਆਦਾ ਵੱਧ ਗਈ ਜੀ। ਐਵੇਂ ਮੈਂ ਜਾ ਕੇ ਦਰਬਾਰ ਸਾਹਿਬ ਬੈਠਾ ਰਿਹਾ, ਸਾਰਾ ਰਸ ਤੇ ਬਾਗ ਵਿੱਚ ਹੈਗਾ ਜੀ। ਬਸ ਜਿਸ ਦਿਨ ਫੁਰਨਾ ਬਣਾਇਆ, ਜਿਸ ਬਾਗ ਵਿੱਚ ਬੈਠੇ ਵਾਹਿਗੁਰੂ ਬੋਲਦੇ ਸਨ ਉੱਥੋਂ ਵੀ ਰਸ ਉੱਡ ਗਿਆ ਜੀ ਸਾਰਾ ਜੀ, ਅੰਦਰ ਫਿਰ ਸੁੱਕਾ ਦਾ ਸੁੱਕਾ ਜੀ। ਮਨ ਦੁਖੀ ਹੋ ਗਿਆ ਜੀ ਵੀ ਮੈਂ ਬਾਗ ਵਿੱਚ ਆਇਆ ਅਤੇ ਬਾਗ ਵਿੱਚ ਵੀ ਰਸ ਟੁੱਟ ਗਿਆ ਜੀ ਸਾਰਾ। ਫਿਰ ਉਹ ਆਪਣੇ ਉਸਤਾਦ ਕੋਲ ਗਏ ਵੀ ਮੈਂ ਬਾਗ ਵਿੱਚ ਬਹਿ ਕੇ ਵਾਹਿਗੁਰੂ ਬੋਲਦਾ, ਮੇਰੇ ਅੰਦਰ ਪਹਿਲਾਂ ਰਸ ਬੜਿਆ ਫਿਰ ਟੁੱਟ ਗਿਆ। ਉਹ ਕਹਿਣ ਲੱਗੇ ਅੱਛਾ, ਅਤੇ ਸਮਝਾਉਣ ਦਾ ਤਰੀਕਾ ਹੀ ਹੁੰਦਾ, ਕਹਿੰਦੇ ਤੈਨੂੰ ਕਿਹਨੇ ਕਿਹਾ ਸੀ ਬਾਗ ਵਿੱਚ ਬਹਿ, ਜਾ ਕੇ ਦਰਬਾਰ ਸਾਹਿਬ ਪਰਿਕਰਮਾ ਵਿੱਚ ਵਾਹਿਗੁਰੂ ਬੋਲ। ਕਹਿਣ ਲੱਗੇ ਮੈਂ ਸਤ ਬਚਨ ਕੀਤਾ, ਮੈਂ ਦਰਬਾਰ ਸਾਹਿਬ ਪਰਿਕਰਮਾ ਵਿੱਚ ਬਹਿ ਕੇ ਵਾਹਿਗੁਰੂ ਬੋਲਣਾ ਸ਼ੁਰੂ ਕੀਤਾ। ਬਸ ਪਰਿਕਰਮਾ 'ਚ ਜਾ ਕੇ ਮੁੱਖੋਂ ਵਾਹਿਗੁਰੂ ਆਖਿਆ ਹੀ ਹੈ, ਉਹ ਰਸ ਫਿਰ ਵਾਪਸ ਆ ਗਿਆ ਜੀ। ਇਹ ਰਸ ਦਾ ਭਗਤੀ ਵਾਲਿਆਂ ਨੂੰ ਪਤਾ, ਹਰ ਇੱਕ ਨੂੰ ਇਸ ਰਸ ਦਾ ਨਹੀਂ ਪਤਾ ਜੀ। ਉਹ ਰਸ ਫਿਰ ਮੁੜ ਵਾਪਸ ਆ ਗਿਆ ਅਤੇ ਫਿਰ ਮੈਂ ਆਪਣੇ ਉਸਤਾਦ ਨੂੰ ਜਾ ਕੇ ਪੁੱਛਿਆ ਵੀ ਉਸਤਾਦ ਜੀ, ਦਰਬਾਰ ਸਾਹਿਬ 'ਚੋਂ ਮੈਨੂੰ ਬਾਗ 'ਚ ਬਿਠਾਇਆ, ਬਾਗ ਵਿੱਚੋਂ ਵੀ ਰਸ ਸੁੱਕ ਗਿਆ, ਫਿਰ ਦਰਬਾਰ ਸਾਹਿਬ ਕਿਉਂ ਬਿਠਾਇਆ? ਕਹਿਣ ਲੱਗੇ ਵੀਰ ਸਿੰਘ ਗੱਲ ਧਿਆਨ ਨਾ ਸੁਣ, ਸੱਚ ਦੱਸ, ਜਦੋਂ ਤੂੰ ਅਭਿਆਸ ਕਰ ਰਿਹਾ ਸਾਂ ਦੋ ਬੰਦਿਆਂ ਨੂੰ ਕੁਝ ਆਖਿਆ ਸੀ? ਕਹਿੰਦੇ ਜੀ ਹਾਂ ਆਖਿਆ ਤੇ ਸੀ। ਕਹਿਣ ਲੱਗੇ ਕੀ ਆਖਿਆ ਸੀ? ਕਹਿਣ ਲੱਗੇ ਜੀ ਉਹ ਗੱਲਾਂ ਕਰਨ ਦੇ ਸੀ, ਮੈਂ ਗੱਲਾਂ ਕਰਨ ਤੋਂ ਮਨਾ ਕੀਤਾ।
ਤੇ ਫਿਰ ਉਹਨਾਂ ਦੇ ਉਸਤਾਦ ਨੇ ਆਖਿਆ ਵੀਰ ਸਿੰਘ ਤੈਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਕਿਸੇ ਨੂੰ ਗੱਲਾਂ ਕਰਨ ਤੋਂ ਰੋਕ ਕੇ ਕਹਿਣ ਲੱਗੇ ਤੈਨੂੰ ਪਤਾ ਉਹ ਕੌਣ ਸਨ ਕਹਿਣ ਲੱਗੇ ਨਹੀਂ ਕਹਿਣ ਲੱਗੇ ਉਹ ਗੁਰੂ ਰਾਮਦਾਸ ਜੀ ਦਾ ਘਰ ਹੈ ਉੱਥੇ ਕਈ ਗੁਪਤ ਰੂਹਾਂ ਆ ਕੇ ਵਰਤਦੀਆਂ ਉਹ ਦੋਵੇਂ ਰੂਹਾਂ ਬ੍ਰਹਮ ਗਿਆਨੀ ਸਨ ਬਾਹਰੋਂ ਗੱਲਾਂ ਕਰ ਰਹੇ ਸਨ ਅੰਦਰੋਂ ਗੁਰੂ ਗੁਰੂ ਜਪ ਰਹੇ ਸਨ ਪਰ ਤੂੰ ਉਹਨਾਂ ਤੇ ਤਰਕ ਕਰ ਬੈਠਾ ਉਹਦੇ ਕਰਕੇ ਰਸ ਸੁੱਕ ਗਿਆ ਤਾਂ ਤੈਨੂੰ ਬਾਗ ਵਿੱਚ ਘੱਲਿਆ ਉਹ ਕਹਿੰਦੇ ਵੀ ਫਿਰ ਬਾਗ ਵਿੱਚ ਬੈਠਿਆ ਰਸ ਪਹਿਲਾਂ ਆਇਆ ਫਿਰ ਕਿਉਂ ਸੁੱਕਿਆ ਕਹਿਣ ਲੱਗੇ ਇਹ ਵੀ ਤੈਨੂੰ ਦੱਸ ਦਿੰਦੇ ਹਾਂ ਵੀ ਬਾਗ ਵਿੱਚ ਬਹਿ ਕੇ ਰਸ ਤੇ ਆ ਗਿਆ ਉਹ ਇਕਾਂਤ ਵਿੱਚ ਬਹਿ ਕੇ ਪਰ ਤੇਰੇ ਮਨ ਤੇਰੇ ਮਨ ਵਿੱਚ ਦਰਬਾਰ ਸਾਹਿਬ ਦੇ ਪ੍ਰਤੀ ਸ਼ੰਕਾ ਪੈਦਾ ਹੋ ਗਿਆ ਵੀ ਮਨਾ ਐਵੇਂ ਦਰਬਾਰ ਸਾਹਿਬ ਜਪਦੇ ਰਹੇ ਨਾਮ ਸਾਰਾ ਆਨੰਦ ਤੇ ਬਾਗ ਵਿੱਚ ਹੈਗਾ ਤਾਂ ਉੱਥੋਂ ਤੇਰਾ ਮਨ ਸੁੱਕਿਆ ਫਿਰ ਤੂੰ ਦਰਬਾਰ ਸਾਹਿਬ ਪਹੁੰਚਿਆ ਭਾਈ ਵੀਰ ਸਿੰਘ ਜੀ ਨੇ ਮੱਥੇ ਤੇ ਹੱਥ ਮਾਰਿਆ ਕਹਿਣ ਲੱਗੇ ਮਨਾ ਇੱਕ ਸ਼ੰਕਾ ਨੇ ਮੈਨੂੰ ਕਿਹੜੇ ਗੇੜ ਵਿੱਚ ਪਾ ਦਿੱਤਾ ਜੀ ਕਦੀ ਪਰਕਰਮਾ ਤੋਂ ਦਰਬਾਰ ਸਾਹਿਬ ਵਾਹਿਗੁਰੂ ਬਾਗ ਵਿੱਚ ਬਾਗੋਂ ਫਿਰ ਦਰਬਾਰ ਸਾਹਿਬ ਕਈ ਮਹੀਨੇ ਇਸ ਕੰਮ ਵਿੱਚ ਲੱਗੇ ਜੀ ਉਹਨਾਂ ਦੇ ਕਹਿਣ ਦਾ ਭਾਵ ਇਹ ਹੈਗਾ ਗੁਰਮੁਖੋ ਜਿਹੜੀ ਸ਼ੰਕਾ ਹੈਗੀ ਹੈ ਉਹ ਬੰਦੇ ਨੂੰ ਬੜੀ ਦੂਰ ਦੂਰ ਤੱਕ ਲੈ ਜਾਂਦੀ ਜੀ ਤੇ ਚੰਗੇ ਭਲੇ ਬੰਦੇ ਵੀ ਬੜੀ ਦੂਰ ਦੂਰ ਤੱਕ ਚੱਲ ਜਾਂਦੇ ਜੀ ਉਹ ਜਿਹੜਾ ਸੰਨਿਆਸੀ ਆਇਆ ਦਰਸ਼ਨ ਤੇ ਹੋ ਗਏ ਉਹਨੂੰ ਗੁਰੂ ਹਰਿ ਰਾਏ ਸਾਹਿਬ ਦੇ ਜਿਸ ਰੂਪ ਚ ਆਖਿਆ ਉਸੇ ਚ ਹੋ ਗਏ ਪਰ ਮਨ ਵਿੱਚ ਫਿਰ ਸ਼ੰਕਾ ਦਾ ਕਿਣਕਾ ਰਹਿ ਗਿਆ ਸੀਗਾ ਜੀ ਸ਼ੰਕਾ ਦਾ ਕਿਣਕਾ ਕੱਢਣ ਵਾਸਤੇ ਮਹਾਰਾਜ ਨੇ ਉੱਧਰ ਘੱਲਿਆ ਜੀ ਉਹਨੂੰ ਜੀ ਹਾਂਜੀ ਤੇ ਹੁਣ ਉਸੇ ਬਾਬਾ ਮੇਹਰ ਚੰਦ ਜੀ ਨੇ ਉਸ ਸੰਨਿਆਸੀ ਨੂੰ ਆਖਿਆ ਸੰਨਿਆਸੀ ਗੱਲ ਧਿਆਨ ਨਾ ਸੁਣਦਾ ਸਾਰੀਆਂ ਬਖਸ਼ਿਸ਼ਾਂ ਤੇ ਗੁਰੂ ਹਰਿ ਰਾਏ ਸਾਹਿਬ ਕੋ ਵਰਤ ਰਹੀਆਂ ਕਹਿਣ ਲੱਗੇ ਵਾਪਸ ਉੱਥੇ ਚੱਲ ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਹਾਂਜੀ ਤਖਤ ਹੁਕਮ ਲੈ ਕਾਰਜ ਕੀਜੈ ਜੋ ਉਹ ਤੈਨੂੰ ਹੁਕਮ ਕਰਨਗੇ ਉਹ ਤੂੰ ਕੰਮ ਕਰੀ ਫਿਰ ਤੇਰਾ ਭਲਾ ਹੋਏਗਾ ਹਾਂਜੀ ਤਬ ਉਪਦੇਸ਼ ਜਗਤ ਕੋ ਦੀਜੈ ਜੇ ਉਪਦੇਸ਼ ਦੇਣਾ ਤੇ ਗੁਰੂ ਸਾਹਿਬ ਦਾ ਉਥੋਂ ਹੁਕਮਨਾਮਾ ਲੈ ਪਹਿਲਾਂ ਗਲਤੀ ਦੀ ਮਾਫ਼ੀ ਮੰਗ ਗੁਰੂ ਦੇ ਹੁਕਮ ਅਨੁਸਾਰ ਉਪਦੇਸ਼ ਦੇ ਫਿਰ ਵੇਖੀ ਜਿਹੜੇ ਲੋਕ ਤੇਰੀ ਗੱਲ ਨਹੀਂ ਸੁਣਦੇ ਉਹ ਲੋਕ ਹੀ ਤੈਨੂੰ ਹੱਥ ਜੋੜਨਗੇ ਜੀ ਹਾਂਜੀ ਬਾਹਰੋਂ ਕਰੇ ਪ੍ਰਤੀਤ ਤੁਮਾਰੀ ਨਰ ਮਨ ਜਿਮ ਕਰੋ ਉਚਾਰੀ ਫਿਰ ਤੂੰ ਜੋ ਆਖੇਗਾ ਮਨੁੱਖਾਂ ਨੇ ਤੇਰੀ ਗੱਲ ਮੰਨ ਲੈਣੀ ਹੈ ਪਰ ਹੁਣ ਸ਼ੰਕਾ ਨਾ ਮਨ ਵਿੱਚ ਲੈ ਕੇ ਜਾਈ ਹੁਣ ਸ਼ਰਧਾ ਧਾਰ ਕੇ ਗੁਰੂ ਹਰਿ ਰਾਏ ਸਾਹਿਬ ਦੇ ਕੋਲ ਜਾ ਹਾਂਜੀ ਪ੍ਰਥਮ ਪਿਖੀ ਤੇ ਮਹਿਮਾ ਭਾਰੀ ਕਹਿਣ ਲੱਗੇ ਤੂੰ ਤੇ ਪਹਿਲਾਂ ਹੀ ਬੜੀ ਮਹਿਮਾ ਵੇਖੀ ਸੀ ਜਿਸ ਰੂਪ ਵਿੱਚ ਆਖਿਆ ਤੈਨੂੰ ਉਹ ਰੂਪ ਚ ਫਿਰ ਦਰਸ਼ਨ ਦੇ ਤੇ ਪਰ ਮਨ ਵਿੱਚ ਫਿਰ ਤੂੰ ਸ਼ੰਕਾ ਦਾ ਕਿਣਕਾ ਰੱਖਿਆ ਹਾਂਜੀ ਕਿਉਂ ਨਾ ਸ਼ਰਧਾ ਔਰ ਮਹਿ ਧਾਰੀ ਤੂੰ ਕਿਉਂ ਨੀ ਸ਼ਰਧਾ ਹਿਰਦੇ ਚ ਧਾਰਨ ਕੀਤੀ ਜਦੋਂ ਤੈਨੂੰ ਉਹਨਾਂ ਆਖਿਆ ਸੀ ਉਧਰ ਜਾ ਉਸੇ ਵੇਲੇ ਹੱਥ ਜੋੜ ਕੇ ਕਹਿ ਦਿੰਦਾ ਮਹਾਰਾਜ ਰੱਬ ਦੇ ਦਰਸ਼ਨ ਤੇ ਤੁਹਾਡੇ ਕੋਲ ਹੋਏ ਹੁਣ ਗਾਂਹ ਕਿੱਥੇ ਤੁਰਨਾ ਜੇ ਹਾਂਜੀ ਪਰ ਫਿਰ ਵੀ ਤੂੰ ਸਤ ਵਾਹਿਗੁਰੂ ਤੂੰ ਫਿਰ ਵੀ ਤੇਰੇ ਮਨ ਚ ਕਿਤੇ ਨਾ ਕਿਤੇ ਸ਼ੰਕਾ ਸੀ ਤਾਂ ਤੈਨੂੰ ਗੁਰੂ ਸਾਹਿਬ ਨੇ ਇੱਧਰ ਕੱਲਿਆ ਹਾਂਜੀ ਸੁਣ ਪੁਨ ਗਮਨ ਉਹ ਤਹਿ ਭਗਵਾਨ ਉਹ ਭਗਵਾਨ ਭਗਤ ਉਥੋਂ ਉੱਠਿਆ ਜੀ ਤੇ ਫਿਰ ਵਾਪਸ ਗੁਰੂ ਹਰਿ ਰਾਏ ਸਾਹਿਬ ਕੋਲ ਆਇਆ ਜੀ ਹਾਂਜੀ ਚਾਹੇ ਉਹ ਸਤਿਗੁਰ ਦਰਸ ਮਹਾਨ ਹੁਣ ਫਿਰ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਲਈ ਜੀ ਪਰ ਹੁਣ ਸ਼ੰਕਾ ਨਹੀਂ ਰੱਖਿਆ ਵੀ ਫਲਾਣੇ ਰੂਪ ਚ ਦਰਸ਼ਨ ਕਰਨੇ ਜੀ ਮੈਂ ਜੀ ਹੁਣ ਤੇ ਜਿਹੋ ਜਿਹੇ ਹੈਗੇ ਉਹੋ ਜਿਹੇ ਬੜੇ ਵਧੀਆ ਹੈਗੇ ਜੀ ਹਾਂਜੀ ਬਹੁਤ ਬਸੂਰਤ ਮੈਂ ਬੜ ਭੁੱਲਾ ਬੜਾ ਘਬਰਾਏ ਜੀ ਬੜਾ ਸੋਚਣ ਵੀ ਮੇਰੇ ਕੋਲੋਂ ਭੁੱਲ ਹੋ ਗਈ ਜ਼ਿੰਦਗੀ ਚ ਪੂਰੇ ਸਤਿਗੁਰੂ ਜੀ ਦੇ ਕੋਲ ਜਾ ਕੇ ਵੀ ਮੈਂ ਉਹ ਵਸਤੂ ਨਹੀਂ ਹਾਸਲ ਕਰ ਪਾਇਆ ਜੋ ਸਿੱਖਾਂ ਨੇ ਹਾਸਲ ਕਰ ਲਈ ਜੀ ਹਾਂਜੀ ਨਹੀਂ ਰਹਿਓ ਗੁਰ ਕੇ ਅਨੁਕੂਲਾ ਹਾਂਜੀ ਗੁਰ ਕੇ ਬਚਨ ਭੇਖ ਮੈਂ ਪਾਇਬ ਹਾਂਜੀ ਪੁਨ ਦਰਸ਼ਨ ਕੋ ਨਹੀਂ ਸਦਾਇਬ ਤੇ ਗੁਰੂ ਜੀ ਦੇ ਬਚਨ ਤੇ ਮੈਂ ਸੁਣ ਲਏ ਜੀ ਤੇ ਮਹਾਰਾਜ ਦੇ ਕੋਲੋਂ ਬਚਨ ਸੁਣ ਕੇ ਉਦਾਸੀ ਮਤ ਵੀ ਧਾਰਨ ਕਰ ਲਿਆ ਪਰ ਉਦਾਸੀ ਮਤ ਧਾਰਨ ਤੋਂ ਬਾਅਦ ਕਦੀ ਗੁਰੂ ਹਰਿ ਰਾਏ ਸਾਹਿਬ ਦੇ ਜਾ ਕੇ ਦਰਸ਼ਨ ਨਹੀਂ ਕੀਤੇ ਜੀ ਮੈਂ ਆਪ ਵੱਡਾ ਬਣ ਕੇ ਬਹਿ ਗਿਆ ਇਹ ਵੀ ਗੱਲ ਹੈਗੀ ਗੁਰਮੁਖੋ ਜਿੱਥੋਂ ਬੰਦੇ ਨੂੰ ਪ੍ਰਾਪਤੀ ਹੋਵੇ ਉਹ ਦਰ ਕਦੀ ਨਹੀਂ ਛੱਡਣਾ ਚਾਹੀਦਾ ਜੀ ਇਸ ਗੱਲ ਦਾ ਪੱਕਾ ਚੇਤਾ ਰੱਖੋ ਜਿੱਥੋਂ ਪ੍ਰਾਪਤੀ ਹੋਵੇ
ਬੰਦੇ ਨੂੰ ਉਹ ਦਰ ਕਦੀ ਨਹੀਂ ਛੱਡਣਾ ਚਾਹੀਦਾ। ਮੈਂ ਤੇ ਭਟਕੀ ਬੈਠਾ ਸਾਂ, ਮੈਂ ਤੇ ਆਖਿਆ ਵੀ ਬਸ ਹੁਣ ਆਪਾਂ ਉਪਦੇਸ਼ ਦੇਣ ਵਾਲੇ ਬਣ ਗਏ ਆ, ਪਰ ਪਤਾ ਹੀ ਉਹਨਾਂ ਲੱਗਾ ਜਦੋਂ ਕਿਸੇ ਨੇ ਸਾਰੀ ਨਾ ਜਾਣੀ ਸੀ। ਹਾਂਜੀ, ਹੁਣ ਬੜਾ ਹੀ ਦੁਖੀ ਹੋਇਆ ਭਗਵਾਨ ਦਾਸ, ਬਹੁਤ ਦੁਖੀ ਹੋਇਆ ਜੀ। ਮਨ ਵਿੱਚ ਵਿਚਾਰਾਂ ਕਰਦਾ ਵੀ ਗੁਰ ਕੇ ਬਚਨ ਭੇਖ ਮੈਂ ਪਾਏ, ਗੁਰੂ ਦੇ ਬਚਨਾਂ ਕਰਕੇ ਉਦਾਸੀ ਭੇਖ ਮੈਨੂੰ ਮਿਲਿਆ। ਹਾਂਜੀ, ਪੁੰਨ ਦਰਸ਼ਨ ਕੋ ਨਹੀਂ ਸਦਾਇਵ, ਤੇ ਮੈਂ ਆਪ ਵੱਡਾ ਬਣ ਕੇ ਬਹਿ ਗਿਆ। ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਸੀ, ਮੈਂ ਉਸ ਗੁਰੂ ਦੇ ਮੁੜ ਦਰਸ਼ਨ ਨਹੀਂ ਕਰਨ ਗਿਆ ਜੀ। ਅੱਜ ਕੇ ਆਖੋ ਉਹ ਇਹੋ ਜਿਹੇ ਕੇਸ ਤੁਹਾਡੇ ਨਾਲ ਆਮ ਹੀ ਵਰਤਦੇ ਰਹਿੰਦੇ ਜੀ। ਦੋ ਤਿੰਨ ਦਿਨ ਆਉਣਗੇ ਕੰਮ ਸਿੱਧ ਹੋ ਜਾਏਗਾ, ਉਹ ਜਿਉਂ ਕੰਮ ਸਿੱਧ ਹੁੰਦਾ ਪਿੱਛੋਂ ਗੁਰਦੁਆਰੇ ਨਹੀਂ ਆਉਂਦੇ ਭਲੇ ਲੋਕ ਜੀ, ਉਹ ਫਿਰ ਬਾਅਦ ਚੋਂ ਮਹੀਨੇ ਕੁ ਬਾਅਦ ਫਿਰ ਰੋਂਦੇ ਆਉਣਗੇ। ਹਾਂਜੀ, ਤੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਦੀ, ਭਲਿਓ ਜੇ ਸਦਾ ਹੀ ਗੁਰੂ ਜੀ ਦੇ ਦਰਸ਼ਨ ਕਰਦੇ ਰਹੋ ਤੇ ਰੋਣ ਵਾਲਾ ਸਮਾਂ ਹੀ ਨਾ ਜ਼ਿੰਦਗੀ ਚ ਆਵੇ ਜੀ। ਸੁਖਮੇ ਦੁਖਮੇ ਸਿਮਰਨ ਸਭ ਕਰੇ, ਸੁਖਮੇ ਕਰੇ ਨਾ ਕੋਏ, ਜੋ ਸੁਖਮੇ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਜੀ। ਹਾਂਜੀ, ਦੁੱਖ ਵਿੱਚ ਤੇ ਬੜਾ ਵਾਹਿਗੁਰੂ ਵਾਹਿਗੁਰੂ ਕਰਦੇ, ਸੁੱਖ ਆਵੇ ਤੇ ਫਿਰ ਨੀ ਵਾਹਿਗੁਰੂ ਕਹਿੰਦੇ ਜੀ, ਤੇ ਬਾਅਦ ਚੋਂ ਫਿਰ ਦੁੱਖ ਹੁੰਦਾ। ਤੇ ਕਵੀ ਕਹਿੰਦਾ ਜੇ ਸੁੱਖ ਚ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਤੇ ਦੁੱਖ ਦੇਖਣ ਦੀ ਲੋੜ ਹੀ ਨੀ ਪੈਂਦੀ ਜੀ। ਹਾਂਜੀ, ਇਸ ਕਰਕੇ ਜਪੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਦੇ ਮੈਂ ਮੁੜ ਦਰਸ਼ਨ ਨਹੀਂ ਕਰਨ ਗਿਆ, ਮੇਰੇ ਕੋ ਪਾਪ ਹੋ ਗਿਆ। ਹਾਂਜੀ, ਸਕਲ ਘਟਨ ਕੇ ਅੰਤਰ ਜਾਮੀ, ਹਾਂਜੀ, ਮੋਹੇ ਪਤਤ ਕੋ ਜਾਨੁ ਸਖਾਮੀ। ਤੇ ਹੁਣ ਗੁਰਮੁਖੋ ਮਨ ਵਿੱਚ ਸੋਚਦਾ ਗੁਰੂ ਹਰਿਰਾਇ ਸਾਹਿਬ ਹੁਣ ਮੈਨੂੰ ਬਖਸ਼ ਲੈਣ ਕਿਸੇ ਤਰੀਕੇ ਨਾਲ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਹੁਣ ਮੈਨੂੰ ਬਖਸ਼ ਲੈਣ। ਘੱਟ ਘੱਟ ਦੇ ਜਾਣਨ ਵਾਲੇ ਨੇ, ਅੰਤਰ ਜਾਮੀ ਨੇ। ਹਾਂਜੀ, ਹਰ ਬਨ ਦਰਸ਼ਨ ਮੋਹੇ ਦਿਖਾਇਵ, ਕੋਟ ਜਨਮ ਕੇ ਪਾਪ ਮਟਾਇਵ। ਮੈਨੂੰ ਪਹਿਲਾਂ ਸਮਝ ਹੀ ਨਹੀਂ ਆਈ, ਇੱਕ ਵਾਰ ਗੁਰੂ ਜੀ ਦੇ ਕੋਲ ਗਿਆ, ਮੁੜ ਗੁਰੂ ਜੀ ਵੱਲ ਮੈਂ ਮੁੱਖ ਹੀ ਨਹੀਂ ਕੀਤਾ। ਕਹਿਣ ਲੱਗੇ ਉਹਨਾਂ ਰੱਬ ਬਣ ਕੇ ਦਰਸ਼ਨ ਦੇ ਦਿੱਤੇ ਮੈਨੂੰ। ਹਾਂਜੀ, ਮੈਂ ਲਖਿਓ ਭਇਓ ਅਪਰਾਧੀ, ਰਹਿਓ ਸਮੀਪ ਨਾ ਸੇਵ ਨਾ ਸਾਧੀ। ਮੇਰਾ ਹੀ ਅਪਰਾਧ ਸੀ, ਮੈਨੂੰ ਚਾਹੀਦਾ ਸੀ ਮੁੜ ਗੁਰੂ ਹਰਿਰਾਇ ਸਾਹਿਬ ਦੇ ਚਰਨ ਫੜ ਕੇ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਕਰਦਾ, ਪਰ ਮੈਂ ਤੇ ਆਪ ਹੀ ਬੜਾ ਵੱਡਾ ਬਣ ਕੇ ਬਹਿ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਗੁਰਮੁਖੋ ਜਿਹੜੇ ਆਪ ਵੱਡੇ ਬਣ ਕੇ ਬਹਿ ਜਾਣ, ਫਿਰ ਇੱਕ ਦਿਨ ਖਾਲੀ ਹੋ ਜਾਂਦੇ ਜੀ ਉਹ ਜੀ। ਫਿਰ ਧਿਆਨ ਨਾ ਸੁਣਿਓ, ਜਿਹੜੇ ਆਪ ਹੀ ਆਪਣੇ ਆਪ ਵਿੱਚ ਵੱਡੇ ਬਣ ਕੇ ਬਹਿ ਜਾਣ, ਉਹ ਖਾਲੀ ਹੋ ਜਾਂਦੇ। ਜਿੱਥੋਂ ਤੁਹਾਨੂੰ ਜ਼ਿੰਦਗੀ 'ਚ ਪ੍ਰਾਪਤੀ ਹੋਈ, ਉਹ ਦਰ ਕਦੀ ਨਾ ਛੱਡਿਓ ਜੀ। ਹਾਂਜੀ, ਬੰਦਾ ਉਸ ਦਰ ਤੇ ਜ਼ਰੂਰ ਜਾਏ। ਜਿਸ ਕੰਮ ਵਿੱਚ ਪ੍ਰਾਪਤੀ ਹੋਈ ਹੈ, ਉਹ ਕੰਮ ਬੰਦਾ ਕਦੀ ਨਾ ਛੱਡੇ, ਉਹ ਕੰਮ ਕਰੀ ਜਾਵੇ ਬਾਰ ਬਾਰ, ਕਰੀ ਜਾਵੇ ਜੀ ਬਾਰ ਬਾਰ। ਬੜਾ ਉਹਨੇ ਆਪਣੇ ਆਪ ਨੂੰ ਅਪਰਾਧੀ ਸਮਝਿਆ। ਸਮਾਂ ਉਹ ਚੱਲਾ, ਗੱਲ ਬੜੇ ਧਿਆਨ ਨਾਲ ਸੁਣਿਓ ਗੁਰਮੁਖੋ, ਇਹ ਵੀ ਕਿਸੇ ਦੇ ਚੰਗੇ ਭਾਗ ਹੋਣ ਤੇ ਉਹਨੂੰ ਆਪਣੀ ਭੁੱਲ ਦਾ ਪਤਾ ਲੱਗ ਜਾਂਦਾ ਜੀ। ਨਹੀਂ ਤੇ ਜਿਹੜੇ ਭਾਗ ਨਾ ਚੰਗੇ ਹੋਣ, ਉਹ ਭੁੱਲ ਨੂੰ ਸਮਝਦਾ ਹੀ ਨਹੀਂ ਵੀ ਮੈਂ ਭੁੱਲ ਕੀਤੀ ਹੈ ਜੀ। ਮਾੜੇ ਭਾਗਾਂ ਵਾਲਾ ਵਾਹਿਗੁਰੂ, ਚੰਗੇ ਭਾਗਾਂ ਵਾਲਾ ਬੰਦਾ ਹੱਥ ਜੋੜ ਕੇ ਕਹੇਗਾ ਸਤਿਗੁਰੂ ਮੈਨੂੰ ਬਖਸ਼ ਲਓ ਜੀ, ਤੇ ਮਾੜੇ ਭਾਗਾਂ ਵਾਲਾ ਤੇ ਮੰਨਣ ਨੂੰ ਤਿਆਰ ਹੀ ਨਹੀਂ ਵੀ ਮੇਰੇ ਕੋਲ ਗਲਤੀ ਹੋਈ ਹੈ ਜੀ, ਉਹਨੇ ਕੀ ਕਹਿਣਾ ਜੀ। ਇਹਦੇ ਭਾਗ ਚੰਗੇ ਸੀ, ਕਹਿਣ ਲੱਗਾ ਹੁਣ ਗੁਰੂ ਹਰਿਰਾਇ ਸਾਹਿਬ ਕੋਲ ਜਾਊਂਗਾ, ਚਰਨ ਫੜ ਦੇਣੇ ਗੁਰੂ ਜੀ ਦੇ, ਤੇ ਗੁਰੂ ਹਰਿਰਾਇ ਸਾਹਿਬ ਨੂੰ ਕਹਿਣਾ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ, ਮੇਰੇ ਕੋਲੋਂ ਭੁੱਲ ਹੋ ਗਈ ਹੈ। ਹਾਂਜੀ, ਸਤਿਗੁਰ ਨੇ ਮੋਹੇ ਆਪਣੋ ਕੀਨ, ਸਾਹਿਬ ਨੇ ਮੈਨੂੰ ਆਪਣਾ ਕੀਤਾ ਸੀਗਾ, ਮੇਰੀ ਸ਼ਰਧਾ ਜਾਣ ਕੇ ਮੈਨੂੰ ਦਰਸ਼ਨ ਦਿੱਤੇ ਸਨ ਉਸ ਰੂਪ ਵਿੱਚ। ਹਾਂਜੀ, ਕਰਿਓ ਸੋ ਦਰਸ਼ਨ ਭਾਵ ਦਹੀਨ, ਪਰ ਕਹਿੰਦੇ ਕਰਿਓ ਸੋ ਦਰਸ਼ਨ ਭਾਵ ਦਹੀਨ, ਬੁੱਧੀ ਰਹਿਤ ਹੋ ਕੇ ਵਾਹਿਗੁਰੂ ਉਹਨਾਂ ਤੇ ਮੈਨੂੰ ਦਰਸ਼ਨ ਦੇ ਤੇ, ਪਿੱਛੋਂ ਮੇਰੀ ਬੁੱਧੀ ਖਰਾਬ ਹੋ ਗਈ ਜੀ, ਮੈਂ ਪੱਕਾ ਲੜਨੀ ਫਟਿਆ। ਜੇ ਆਖਿਆ ਸੀ ਮੇਹਰ ਚੰਦ ਜੀ ਕੋਲ ਜਾਂਦਾ, ਮੁੜ ਗੁਰੂ ਜੀ ਕੋਲ ਆ ਜਾਂਦਾ, ਪਰ ਮੈਂ ਤੇ ਭੇਖ ਲੈ ਕੇ ਵੀ ਲੋਕਾਂ ਨੂੰ ਸਮਝਾਉਣ ਲੱਗ ਪਿਆ ਜਾ ਕੇ। ਹਾਂਜੀ, ਰਸਤੇ ਵਿੱਚ ਆਉਂਦਾ ਆਉਂਦਾ ਆਪਣੇ ਆਪ ਨੂੰ ਧਿਕਾਰਾਂ ਪਾਉਂਦਿਆਂ, ਭਗਤ ਭਗਵਾਨ ਤੇਰੇ ਕੋਲੋਂ ਗਲਤ ਕੰਮ ਹੋ ਗਿਆ,
ਬੜੀਆਂ ਉਹਨੇ ਆਪਣੇ ਆਪ ਨੂੰ ਧਿਕਾਰਾਂ ਪਾਈਆਂ, ਮੇਰੇ ਕੋਲੋਂ ਗਲਤ ਕੰਮ ਹੋ ਗਿਆ, ਮੈਂ ਜੋ ਕੀਤਾ ਚੰਗਾ ਨਹੀਂ ਕੀਤਾ। ਹਾਂਜੀ, ਗੁਰ ਪੂਰਨ ਕੈ ਗੁਣ ਵਿਚਾਰਤ, ਪੂਰਨ ਗੁਰੂ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਦੇ ਗੁਣ ਵਿਚਾਰਦਾ ਜਾਵੇ, ਕਿਰਪਾ ਕਰਨ ਤੇ ਮੈਨੂੰ ਬਖਸ਼ ਲੈਣ ਜਦੋਂ ਮੈਂ ਜਾਵਾਂ। ਹਾਂਜੀ, ਉਮ ਗਿਆ ਪ੍ਰੇਮ ਦਰਗਨ ਜਲ ਛਾਵਾਂ, ਪ੍ਰੇਮ ਪ੍ਰਗਟ ਹੋ ਗਿਆ ਤੇ ਗੁਰਮੁਖੋ ਜਦੋਂ ਰਸਤੇ ਵਿੱਚ ਆਉਂਦੇ ਆ ਬਸ ਮੋਟੇ ਮੋਟੇ ਹੰਝੂ ਇਹਦੇ ਨੇਤਰਾਂ ਚੋਂ ਡਿੱਗਣ ਦਏ ਜੀ। ਇਹ ਗੱਲਾਂ ਪ੍ਰੇਮੀਆਂ ਚ ਵਰਤਦੀਆਂ ਜੀ, ਜਿਨ੍ਹਾਂ ਦੇ ਭਾਗ ਚੰਗੇ ਹੋਣ, ਮਾੜੀ ਬੁੱਧੀ ਵਾਲੇ ਤੇ ਗੁਰੂ ਦੇ ਕੋਲ ਬਹਿ ਕੇ ਵੀ ਅੱਖਾਂ ਕੱਢ ਕੱਢ ਵਿਖਾਉਂਦੇ ਜੀ। ਮਾੜੀ ਬੁੱਧੀ ਵਾਲੇ ਜੀ, ਮਾੜੇ ਭਾਗਾਂ ਵਾਲੇ ਕੋਲ ਬਹਿ ਕੇ ਵੀ ਅੱਖਾਂ ਕੱਢਣਗੇ ਜੀ। ਹਾਂਜੀ, ਚੰਗੇ ਭਾਗਾਂ ਵਾਲਾ ਵੇਖੋ ਆ ਰਿਹਾ, ਉੱਥੋਂ ਹੀ ਰੋਣਾ ਸ਼ੁਰੂ ਕਰਤਾ, ਮੇਰੇ ਕੋਲੋਂ ਭੁੱਲ ਹੋ ਗਈ, ਮੇਰੇ ਕੋਲੋਂ ਗਲਤੀ ਹੋ ਗਈ। ਹਾਂਜੀ, ਗਦ ਗਦ ਗਿਰਾ ਅਦਕ ਬਿਕੁਲਾਵਾ, ਹਾਂਜੀ, ਪ੍ਰੇਮ ਬਿਸਸ ਹੋਏ ਮਗਨ ਹੈ ਬੂਝੈ, ਵੇਖੋ ਬਸ ਗਦ ਗਦ ਗਿਰਾ ਹੀ ਭਾਵ ਗਲਾ ਭਰ ਗਿਆ ਜੀ, ਬੋਲਿਆ ਨਾ ਜਾਵੇ ਪ੍ਰੇਮ ਵਿੱਚ ਭਰਿਆ, ਕੱਲੇ ਕੱਲੇ ਪੈਰ ਤੇ ਗੁਰੂ ਹਰਿਰਾਇ ਸਾਹਿਬ ਦਾ ਨਾਮ ਲੈਂਦਾ, ਸਤਿਗੁਰੂ ਮੇਰੇ ਕੋਲੋਂ ਭੁੱਲ ਹੋ ਗਈ, ਮੈਨੂੰ ਬਖਸ਼ ਲਓ ਮਹਾਰਾਜ। ਹਾਂਜੀ, ਜਹ ਕਹੇ ਗੁਰਮੂਰਤ ਹੀ ਸੂਝੈ, ਤੇ ਗੁਰਮੁਖੋ ਹੁਣ ਵੇਖੋ ਕਲਾ ਕੀ ਵਰਤੀ ਜੀ ਉਹਨੂੰ, ਗੱਜ ਕੇ ਆਖੋ ਵਾਹਿਗੁਰੂ। ਰਸਤੇ ਵਿੱਚ ਰੁੱਖ ਆਇਆ ਜੀ, ਉਹ ਰੁੱਖ ਵੀ ਉਹਨੂੰ ਗੁਰੂ ਹਰਿਰਾਇ ਸਾਹਿਬ ਦਾ ਰੂਪ ਵਿਖੇ ਦੀ। ਰਸਤੇ ਵਿੱਚ ਜਿਹੜੀ ਜਿਹੜੀ ਚੀਜ਼ ਆਈ, ਉਸੇ ਉਸੇ ਚੀਜ਼ ਵਿੱਚ ਉਹਨੂੰ ਗੁਰੂ ਜੀ ਦੇ ਦਰਸ਼ਨ ਹੋਈ ਜਾਣ ਜੀ, ਵਿਰਾਟ ਰੂਪ ਵਿੱਚ ਗੁਰੂ ਜੀ ਦੇ ਦਰਸ਼ਨ ਹੋਈ ਜਾਣ। ਦਰਸ਼ਨ ਕਰਦਾ ਕਰਦਾ ਵਿਚਾਰ ਕਰੀ ਜਾਏ, ਇੱਥੇ ਤੇ ਮੈਨੂੰ ਦਰਸ਼ਨ ਹੋ ਰਹੇ ਨੇ, ਪਤਾ ਨਹੀਂ ਜਦੋਂ ਮੈਂ ਗੁਰੂ ਦੀ ਸਭਾ ਵਿੱਚ ਜਾਣਾ ਗੁਰੂ ਸਾਹਿਬ ਨੇ ਮੇਰੇ ਨਾਲ ਕੀ ਵਿਹਾਰ ਕਰਨਾ ਜੀ। ਇੱਕ ਗੱਲ ਚੇਤਾ ਰੱਖੋ, ਜਿਹੜੇ ਪ੍ਰੇਮੀ ਬੰਦੇ ਹੈਗੇ ਨਾ ਜੀ, ਬਸ ਮੈਂ ਦੋ ਚੋਂ ਮਿੰਟਾਂ 'ਚ ਸਮਾਪਤੀ ਕਰਨੀ ਹੈ, ਜਿਹੜੇ ਪ੍ਰੇਮੀ ਬੰਦੇ ਹੈਗੇ ਨਾ ਜੀ, ਉਹ ਇਸ ਗੱਲ ਤੋਂ ਡਰਦੇ ਰਹਿਣਗੇ ਵੀ ਸਾਡੇ ਕੋਲੋਂ ਭੁੱਲ ਨਾ ਹੋ ਜਾਏ ਜੀ ਕਿਤੇ ਜੀ, ਤੇ ਉਹ ਅਜੇ ਭੁੱਲ ਹੋਈ ਵੀ ਨਹੀਂ ਹੁੰਦੀ ਤਾਂ ਉਹ ਪਹਿਲੇ ਹੀ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੰਦੇ ਵੀ ਸਾਨੂੰ ਮਾਫ ਕਰ ਦਿਓ, ਸਾਡੇ ਕੋਲੋਂ ਭੁੱਲੋਗੀ ਜੀ। ਹਾਂਜੀ, ਹੁਣ ਉਹ ਬਸ ਜਿੱਥੇ ਜਿੱਥੇ ਵੇਂਦਾ ਉਹਨੂੰ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਹੋ ਰਹੇ ਜੀ। ਹਾਂਜੀ, ਕਬਹੋ ਉੱਚੇ ਬੋਲਤ ਦੌਰੇ, ਹਾਂਜੀ, ਕਬਹੋ ਰੁਦਤ ਬੈਠ ਬਨ ਬੋਰੇ, ਬਸ ਕਿਤੇ ਤੇ ਬਾਗ ਚ ਬਹਿ ਕੇ ਉੱਚੀ ਉੱਚੀ ਰੋਣ ਲੱਗ ਪੈਂਦਾ, ਮੇਰੇ ਕੋਲੋਂ ਭੁੱਲੋਗੀ, ਮੇਰੇ ਕੋਲੋਂ ਗਲਤੀ ਹੋ ਗਈ, ਕਿਤੇ ਭੱਜ ਭੱਜ ਕੇ ਕੀਰਤਪੁਰ ਸਾਹਿਬ ਨੂੰ ਤੁਰ ਪੈਂਦਾ। ਹਾਂਜੀ, ਚੱਲਿਓ ਨਾ ਜਾਏ ਥਿਰਿਓ ਨਾ ਜਾਈ, ਮੌਣ ਨਾ ਰਹੇ ਨਾ ਬੋਲ ਸਕਾਈ, ਬਸ ਹੁਣ ਚੱਲਿਆ ਵੀ ਨਹੀਂ ਜਾਂਦਾ, ਚੁੱਪ ਰਹਿਣ ਲੱਗ ਪਿਆ, ਕਿਤੇ ਰੋਣ ਲੱਗ ਪਿਆ, ਬਸ ਅਵਸਥਾ ਬਦਲਦੀ ਗਈ ਜੀ ਇਹਦੀ, ਪਰ ਬੈਰਾਗ ਇੱਕ ਟੱਕ ਰਿਹਾ ਜੀ। ਹਾਂਜੀ, ਇਮ ਵਿਆਕੁਲ ਬਹੁ ਦਿਨ ਮੈਂ ਆਵਾ, ਵਿਆਕੁਲ ਹੋ ਕੇ ਰੋਂਦਾ ਕੁਰਲਾਉਂਦਾ ਹੋਇਆ ਸੱਚੇ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਕੀਰਤਪੁਰ ਸਾਹਿਬ ਆਇਆ ਜੀ। ਹਾਂਜੀ, ਸਤਿਗੁਰ ਕੇ ਥਾਨ ਸੁਹਾਵਾ, ਜਿਸ ਥਾਨ ਤੇ ਗੁਰੂ ਦਾ ਪਵਿੱਤਰ ਦਰਬਾਰ ਸਜਿਆ ਸੀ ਨਾ, ਹਾਂਜੀ, ਪ੍ਰੇਮ ਮਗਨ ਹੋਏ ਦੁਆਰੇ ਆਏ, ਪ੍ਰੇਮ ਚ ਮਗਨ ਹੋਇਆ ਉਸ ਦਰਵਾਜੇ ਤੇ ਆਇਆ ਜੀ। ਹਾਂਜੀ, ਚਰਨ ਧੂਰ ਲੈ ਮਸਤਕ ਲਾਏ, ਸਭ ਤੋਂ ਪਹਿਲਾਂ ਉਹਨੇ ਕੀ ਕੀਤਾ ਜੀ, ਉਸ ਦਰਵਾਜੇ ਤੇ ਜਿਹੜੀ ਚਰਨ ਧੂੜੀ ਸੀ ਨਾ ਜੀ, ਉਹ ਮੱਥੇ ਤੇ ਲਾਈ ਦੀ ਸਭ ਤੋਂ ਪਹਿਲਾਂ ਜੀ, ਕੱਜ ਕੇ ਆਖੋ ਬਸ ਕਿਤੇ ਮੈਨੂੰ ਮਹਾਰਾਜ ਬਖਸ਼ ਲੈਣ, ਮੈਂ ਅਕਿਰਤ ਕਣ ਬਣ ਗਿਆ, ਮਹਾਰਾਜ ਨੇ ਏਡੀ ਵੱਡੀ ਦਾਤ ਬਖਸ਼ਿਸ਼ ਕੀਤੀ ਮੇਰੇ ਕੋਲ ਸਾਂਭੀ ਨਾ ਗਈ ਜੀ, ਪਹਿਲਾਂ ਤੇ ਧੂੜੀ ਲੈ ਕੇ ਮੱਥੇ ਤੇ ਲਾਈ, ਅੰਤਰ ਜਾਏ ਦਰਸ ਜਬ ਪਾਵਾਂ, ਹਾਂਜੀ, ਭਇਓ ਮੁਗਤ ਸਤਿਗੁਰੂ ਬੁਲਾਵਾ, ਅੱਗੋਂ ਵੇਖੋ ਗੁਰੂ ਦੀ ਦਿਆਲਤਾ, ਬੜੇ ਧਿਆਨ ਨਾਲ ਸੁਣਿਓ ਪ੍ਰਸੰਗ ਦੀ ਸਮਾਪਤੀ ਹੈ, ਇਹ ਕਰੀ ਗੱਜ ਕੇ ਆਖੋ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਿਰਾਇ ਸਾਹਿਬ, ਅੱਗੋਂ ਗੁਰੂ ਜੀ ਦੀ ਦਿਆਲਤਾ ਵੇਖੋ, ਸੱਚੇ ਪਾਤਸ਼ਾਹ ਨੇ ਇਸ ਤਰੀਕੇ ਨਾਲ ਉਹਨੂੰ ਬੁਲਾਇਆ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ ਜੀ, ਕੁਛ ਹੋਇਆ ਹੀ ਨਹੀਂ ਹੁੰਦਾ, ਮਹਾਰਾਜ ਕਹਿਣ ਲੱਗੇ ਆਓ ਭਗਤ ਜੀ ਆਓ ਸਾਡੇ ਕੋਲ ਬੈਠੋ ਜੀ। ਹਾਂਜੀ, ਅੱਗੇ ਆਓ ਭਗਤ ਭਗਵਾਨ, ਅਬ ਤੋ ਦਰਗਹਿ ਪਾ ਪ੍ਰਵਾਨ, ਸੱਚੇ ਪਾਤਸ਼ਾਹ ਕਹਿੰਦੇ ਭਗਤ ਭਗਵਾਨ ਅੱਗੇ ਆਓ, ਕਹਿਣ ਲੱਗੇ ਸਾਡੇ ਕੋਲ ਬੈਠੋ ਹੁਣ ਤੇ ਤੁਸੀਂ ਰੱਬ ਦੀ ਦਰਗਾਹ ਚ ਪ੍ਰਵਾਨ ਹੋ ਗਏ ਹੋ, ਕਹਿਣ ਲੱਗੇ ਜੀ। ਇੰਨਾ ਉਹਨੇ ਪਛਤਾਵਾ ਕੀਤਾ, ਪਤਾ ਨਹੀਂ ਮਹਾਰਾਜ ਨੇ ਮੈਨੂੰ ਬਖਸ਼ਣਾ ਕਿ ਨਹੀਂ ਬਖਸ਼ਣਾ। ਹਾਂਜੀ, ਪਰ ਗੁਰਮੁਖੋ ਸੱਚੇ ਪਾਤਸ਼ਾਹ ਨੇ ਆਉਂਦਿਆਂ ਨੂੰ ਇਸ ਤਰੀਕੇ ਦਾ ਵਿਹਾਰ ਕੀਤਾ ਜਿਵੇਂ ਜ਼ਿੰਦਗੀ ਚੋਰੇ ਕੋਲੋਂ ਕਦੀ ਗਲਤੀ ਨਹੀਂ ਹੋਈ ਹੁੰਦੀ ਜੀ। ਰੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ।
हाँ जी जे अत कोप करे करता या बंदा बड़िया गलतियां करे बड़ा दबके भी मारे कई कुछ करे हाँ जी जे अत कोप करे करता या तांपी चीत ना रख समाया मां बच्चे दियां गलतियां नहीं वेखदी बस उन्हों गले लाउंदी दी इस करके महाराज कहिंदे रामैया हाँ बारक तेरा काहे ना खंडस अवगुण मेरा महाराज ने इस तरह व्यार किया जिवें उहदे कोलों गलती कोई नहीं होई हुंदी दी हाँ वह रोंदा आवे जी पता नहीं मैनू बख्शना कि नहीं बख्शना पर महाराज ने लागे बिठाया महाराज कहिंदे आओ भगत जी ਤੁਸੀਂ ਤੇ ਹੁਣ ਰੱਬ ਦੀ ਦਰਗਾਹ ਚ ਪ੍ਰਵਾਨ ਹੋ ਗਏ ਹੋ ਹਾਂਜੀ ਸੁਣੇ ਗੁਰ ਤੇ ਚਰਨਨ ਪਰ ਰਹਿਓ ਬਸ ਮਹਾਰਾਜ ਕੋਲੋਂ ਬਚਨ ਸੁਣ ਕੇ ਘੁੱਟ ਕੇ ਗੁਰੂ ਅਰਜਨ ਸਾਹਿਬ ਦੇ ਚਰਨ ਫੜ ਲੈ ਜੀ ਉਹਨੇ ਜੀ ਹਾਂਜੀ ਇੰਦਰ ਥਕਤ ਜਾਤ ਨ ਕਹਿਓ ਤੇ ਗੁਰਮੁਖੋ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਘੁੱਟ ਕੇ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲੈ ਤੇ ਫਿਰ ਗੁਰਮੁਖੋ ਦੱਸਦੇ ਨੇ ਐ ਨੇਤਰਾਂ ਚੋਂ ਹੰਝੂ ਵਗ ਵਗ ਕੇ ਗੁਰੂ ਜੀ ਦੇ ਚਰਨ ਧੋ ਦਿੱਤੇ ਜੀ ਉਹਨੇ ਜੀ ਬੜਾ ਹੀ ਉਹਨੇ ਬੈਰਾਗ ਕੀਤਾ ਮਹਾਰਾਜ ਮੈਂ ਵੱਡਾ ਭੁੱਲਣਹਾਰ ਅਪਰਾਧੀ ਹਾਂ ਤੇ ਮਹਾਰਾਜ ਤੁਸੀਂ ਸੁਭਾਅ ਇਸ ਤਰ੍ਹਾਂ ਦਾ ਧਾਰਨ ਕੀਤਾ ਜਿਵੇਂ ਮੇਰੇ ਕੋਲੋਂ ਗਲਤੀ ਕੋਈ ਨਹੀਂ ਹੋਈ ਹੁੰਦੀ ਬਸ ਇੱਕ ਪਛਤਾਵਾ ਬੜੀ ਵੱਡੀ ਚੀਜ਼ ਹੈਗੀ ਜੀ ਹਾਂਜੀ ਪੂਰਨ ਪ੍ਰੇਮ ਹੇਰ ਕਰਤਾਸ ਦਿਓ ਹਿਰਦੇ ਹਰ ਨਾਮ ਪ੍ਰਕਾਸ਼ ਬਸ ਮਹਾਰਾਜ ਕਹਿੰਦੇ ਹੁਣ ਭਾਂਡਾ ਤਿਆਰ ਹੋ ਗਿਆ ਨਾਮ ਦੀ ਵਸਤੂ ਟਿਕਾਉਣ ਵਾਸਤੇ ਹੁਣ ਫਿਰ ਮਹਾਰਾਜ ਨੇ ਨਾਮ ਟਿਕਾਉਣਾ ਇਹਦੇ ਅੰਦਰ ਜੀ ਹਾਂਜੀ ਕਿਰਪਾ ਧਾਰ ਨਿਜ ਹੱਥ ਲਗਾਇਓ ਹਾਂਜੀ ਸਿਰ ਉਠਾਏ ਕੇ ਬਾਕ ਸੁਣਾਇਓ ਗੁਰਮੁਖੋ ਸੱਚੇ ਪਾਤਸ਼ਾਹ ਨੇ ਬਹੁਤੀ ਕਿਰਪਾ ਕਰਕੇ ਉਹ ਜਿਹਨੇ ਚਰਨ ਫੜੇ ਸੀ ਨਾ ਉਹਦੇ ਸਿਰ ਤੇ ਗੁਰੂ ਅਰਜਨ ਸਾਹਿਬ ਨੇ ਹੱਥ ਰੱਖ ਦਿੱਤਾ ਜੀ ਜਵਾਨੀ ਦੀ ਉਮਰ ਗੁਰੂ ਜੀ ਦੀ ਹੱਥ ਰੱਖ ਦਿੱਤਾ ਸੱਚੇ ਪਾਤਸ਼ਾਹ ਨੇ ਬਹੁਤੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਹਾਂਜੀ ਆਬ ਤਮ ਗਮਨ ਪੂਰਬ ਦੇਸ਼ ਮਮ ਬਚਤੇ ਨ ਦੇਹੋ ਉਪਦੇਸ਼ ਸੱਚੇ ਪਾਤਸ਼ਾਹ ਕਹਿੰਦੇ ਚਿੰਤਾ ਨਾ ਕਰ ਹੁਣ ਤੇਰੇ ਹਿਰਦੇ ਚ ਨਾਮ ਟਿਕ ਗਿਆ ਹੁਣ ਦੁਨੀਆਂ ਚ ਜਿਸ ਮਰਜ਼ੀ ਕੋਨੇ ਵਿੱਚ ਜਾ ਕਹਿਣ ਲੱਗੇ ਤੇਰੀ ਚੜ੍ਹਦੀ ਕਲਾ ਰਹੇਗੀ ਪਰ ਕਿਹਾ ਵੀ ਪਹਿਲਾਂ ਆਰੰਭਤਾ ਤੂੰ ਪੂਰਬ ਵਾਲੇ ਪਾਸਿਓਂ ਕਰਨੀ ਕਹਿਣ ਲੱਗੇ ਹਾਂਜੀ ਸੁਣਤ ਬਾਕ ਕੋ ਸਗਰੇ ਧਾਰੇ ਹੈ ਮਿਲਹਿ ਜੇ ਤੁਮੇ ਆਦੇਸ਼ ਉਚਾਰੇ ਹੈ ਕਹਿਣ ਲੱਗੇ ਹੁਣ ਲੋਕ ਤੈਨੂੰ ਮੱਥਾ ਵੀ ਟੇਕਣਗੇ ਲੋਕ ਤੇਰਾ ਸਤਿਕਾਰ ਵੀ ਕਰਨਗੇ ਤੈਨੂੰ ਕੋਈ ਮਾੜਾ ਨਹੀਂ ਆਖੇਗਾ ਹੁਣ ਹਾਂਜੀ ਗੁਰ ਆਗਿਆ ਕੋ ਲੈ ਤਬ ਗਇਓ ਪੂਰਬ ਕੋ ਉਪਦੇਸ਼ਨ ਕੀਓ ਗੁਰਮੁਖੋ ਬਸ ਤੱਤ ਦੀ ਗੱਲ ਸੁਣ ਲਓ ਸਾਖੀ ਥੋੜੀ ਜਿਹੀ ਅੱਜ ਵੱਡੀ ਸੀ ਮੈਨੂੰ ਮਾਫ਼ੀ ਬਖਸ਼ ਦਿਓ ਪਰ ਤੱਤ ਗੱਲ ਦਿਓ ਜੀ ਮਹਾਰਾਜ ਦਾ ਬਚਨ ਮੰਨਿਆ ਜਿੱਥੇ ਜਿੱਥੇ ਗਿਆ ਲੋਕਾਂ ਦਾ ਬੜਾ ਹੀ ਸਤਿਕਾਰ ਕੀਤਾ ਜੀ ਹੱਥ ਹੀ ਜੋੜਦਾ ਗਿਆ ਜੀ ਬਸ ਇੱਕ ਨਾ ਜੀ ਟਕਸਾਲ ਦਾ ਰਾਗੀ ਸੀਗਾ ਜੀ ਉਹ ਕਿਸੇ ਰਾਗ ਦਰਬਾਰ ਚ ਗਿਆ ਤੇ ਉਹਨੂੰ ਟਾਈਮ ਨਾ ਦਿੱਤਾ ਜੀ ਕੀਰਤਨ ਕਰਨ ਦਾ ਜੀ ਹਾਂਜੀ ਇੱਕ ਤੇ ਉਹ ਮਹਾਂਪੁਰਖਾਂ ਦੀ ਖੁਸ਼ੀ ਨਹੀਂ ਲੈ ਕੇ ਗਿਆ ਜੀ ਉਹਨੂੰ ਟਾਈਮ ਹੀ ਨਾ ਦਿੱਤਾ ਜੀ ਕਿਸੇ ਨੇ ਕੀਰਤਨ ਕਰਨ ਦਾ ਜੀ ਹਾਂਜੀ ਉਹ ਬੜਾ ਆ ਕੇ ਉਹਨੇ ਵੈਰਾਗ ਕੀਤਾ ਵੀ ਮੈਂ ਐਡੀ ਵਿੱਦਿਆ ਵੀ ਸਿੱਖ ਕੇ ਗਿਆ ਮੈਨੂੰ ਟਾਈਮ ਨਹੀਂ ਮਿਲਿਆ ਤੇ ਮਹਾਂਪੁਰਖਾਂ ਇੱਕ ਜੁਗਤ ਦੱਸੀ ਜੀ ਉਹਨੂੰ ਜੀ ਮਹਾਰਾਜ ਕਹਿੰਦੇ ਰਾਗ ਮਾਲਾ ਦਾ ਪਾਠ ਕਰਿਆ ਕਰ ਕੋਈ ਗੱਲ ਨਹੀਂ ਉਹਨੇ ਮਹਾਂਪੁਰਖ ਕਹਿੰਦੇ ਜੀ ਉਹਨੇ ਪਾਠ ਕਰਨਾ ਸ਼ੁਰੂ ਕਰਤਾ ਜੀ ਅਗਲੇ ਸਾਲ ਉਸੇ ਥਾਂ ਤੇ ਉਹ ਬੰਦੇ ਨੇ ਜਿਹਨੂੰ ਮਿੰਟ ਅਗਲੇ ਟਾਈਮ ਨਹੀਂ ਲੈਂਦੇ ਦੋ ਘੰਟੇ ਉਹਨੇ ਕੀਰਤਨ ਕੀਤਾ ਜੀ ਉੱਥੇ ਜੀ ਤੇ ਲੋਕੀ ਆਸ਼ਾ ਸ਼ਿਕਾਰ ਉੱਠੇ ਗੱਲ ਤੇ ਪਿੱਛੋਂ ਕਿਰਪਾ ਵਰਤਣ ਦੀ ਵੀ ਹੈਗੀ ਹੈ ਨਾ ਜੀ ਹੁਣ ਗੁਰੂ ਅਰਜਨ ਸਾਹਿਬ ਨੇ ਕਰਤੀ ਕਿਰਪਾ ਉਹ ਭਗਤ ਭਗਵਾਨ ਜਿੱਥੇ ਜਾਵੇ ਲੋਕੀ ਹੱਥ ਹੀ ਜੋੜੀ ਜਾਣ ਉਹਦੇ ਅੱਗੇ ਜੀ ਹਾਂਜੀ ਭਇਓ ਪ੍ਰਕਾਸ਼ ਹਰਦੇ ਹਰ ਹਰੇ ਜੋ ਦੇਖੇ ਸੋ ਚਰਣੀ ਪਰੇ ਜਿਹੜਾ ਵੇਖੇ ਭਗਤ ਭਗਵਾਨ ਨੂੰ ਮੱਥਾ ਹੀ ਟੇਕੀ ਜਾਵੇ ਜਿਵੇਂ ਗੁਰੂ ਸਾਹਿਬ ਦਾ ਹੀ ਰੂਪ ਬਣ ਗਿਆ ਹੋਵੇ ਜੀ ਹਾਂਜੀ ਜਹਾਂ ਠਹਿਰ ਤਰਕਟੀ ਬਣਾਵੇ ਧਿਆਨ ਗੁਰੂ ਹਰ ਰਾਏ ਲਗਾਵੇ ਜਿੱਥੇ ਕੁੱਲੀ ਆਪਣੀ ਪਾਲੇ ਉੱਥੇ ਧਿਆਨ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਦਾ ਲਾਵੇ ਤੇ ਬਸ ਮਹਾਰਾਜ ਦਾ ਹੀ ਧਿਆਨ ਧਰੀ ਜਾਵੇ ਧਿਆਨ ਧਰੀ ਜਾਏ ਗੁਰੂ ਜੀ ਦਾ ਹੁਣ ਬਾਰ ਬਾਰ ਨਾਮ ਲਈ ਜਾਏ ਜੀ ਪਹਿਲਾਂ ਤੇ ਬਖਸ਼ਿਸ਼ ਲੈ ਕੇ ਇੱਕ ਵਾਰੀ ਵੀ ਨਾਮ ਨਹੀਂ ਲਿਆ ਜੀ ਹੰਕਾਰ ਹੋ ਗਿਆ ਪਹਿਲਾਂ ਮੁੜ ਨਿਮਰਤਾ ਵਿੱਚ ਆਇਆ ਮਹਾਰਾਜ ਨੇ ਬੜਾ ਹੀ ਨਿਹਾਲ ਕੀਤਾ ਬੜਾ ਹੀ ਨਿਹਾਲ ਕੀਤਾ ਸੱਚੇ ਪਾਤਸ਼ਾਹ ਮਿਹਰ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਜੀ ਦੋਵੇਂ ਹੱਥ ਜੋੜੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।